ਟੀਵੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਸਪਾਲ ਸਿੰਘ ਹੀਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨ ਤੋਂ ਪੰਥਕ ਸਭਾ ਦੇ ਵਿੱਚ, ਪੰਥਕ ਸਿਆਸਤ ਦੇ ਵਿੱਚ, ਧਾਰਮਿਕ ਸਿਆਸਤ ਦੇ ਵਿੱਚ ਇੱਕ ਬੜਾ ਗੰਭੀਰ ਮੋੜ ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਨਿਯੁਕਤ ਕੀਤੇ ਗਏ ਸੀ ਗਿਆਨੀ ਗੁਰਮੁਖ ਸਿੰਘ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਫਤਿਹਗੜ੍ਹ ਸਾਹਿਬ ਆਪਣੀ ਮੀਟਿੰਗ 'ਚ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਜਿਸ ਅੰਦਾਜ਼ ਵਿੱਚ ਫਾਰਗ ਕੀਤਾ ਹੈ, ਉਸ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਰੋਸ ਵੀ ਹੈ ਅਤੇ ਸਾਰਾ ਜਿਹੜਾ ਸਮੁੱਚਾ ਵਾਪਰਿਆ ਸੌਦਾ ਸਾਧ ਦੀ ਚਿੱਠੀ ਤੋਂ ਲੈ ਕੇ ਗਿਆਨੀ ਗੁਰਮੁਖ ਸਿੰਘ ਦੀ ਛੁੱਟੀ ਤੱਕ ਇਸ ਸੰਬੰਧੀ ਵੱਖੋ ਵੱਖਰੇ ਵਿਚਾਰ ਨੇ ਜਿਹੜੇ ਉਹ ਸਾਡੇ ਸਾਹਮਣੇ ਆ ਰਹੇ ਨੇ। ਸੋ ਅੱਜ ਅਸੀਂ ਆਪਣੇ ਦਰਸ਼ਕਾਂ ਨਾਲ ਇਸ ਮੁੱਦੇ 'ਤੇ ਵਿਚਾਰ ਸਾਂਝੇ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਜਸਵੰਤ ਸਿੰਘ ਜੀ ਪੜੈਣ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਅਤੇ ਦੂਸਰੇ ਪਾਸੇ ਸੁਖਦੇਵ ਸਿੰਘ ਜੀ ਚਾਕਲਾ, ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਨੇ। ਸੋ ਇਹਨਾਂ ਦੋਨਾਂ ਸੱਜਣਾਂ ਦੇ ਨਾਲ ਅਸੀਂ ਇਸ ਮੁੱਦੇ 'ਤੇ ਕਿ ਜੋ ਕੁਝ ਸ਼੍ਰੋਮਣੀ ਕਮੇਟੀ ਨੇ ਕੀਤਾ, ਕਿਵੇਂ ਕੀਤਾ, ਕਿਉਂ ਕੀਤਾ, ਉਹਦੇ ਪਿੱਛੇ ਕੀ ਸੀ, ਇਹ ਸਾਰੇ ਮੁੱਦੇ 'ਤੇ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਪੜੈਣ ਸਾਹਿਬ ਤੋਂ ਸਵਾਲ ਪੁੱਛਣਾ ਚਾਹੂੰਗਾ ਕਿ ਪੜੈਣ ਸਾਹਿਬ, ਜਿਸ ਤਰ੍ਹਾਂ ਅੰਤਰੰਗ ਕਮੇਟੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਦੀ, ਇਸ ਤੋਂ ਪਹਿਲਾਂ ਵੀ ਚਾਹੇ ਉਹ ਗਿਆਨੀ ਬਲਵੰਤ ਸਿੰਘ ਦਾ ਮੁੱਦਾ ਸੀ, ਚਾਹੇ ਉਸ ਤੋਂ ਪਹਿਲਾਂ ਜੈਦਰ ਬਦੰਤੀ ਦਾ ਮੁੱਦਾ ਸੀ, ਚਾਹੇ ਜੈਦਰ ਪੂਰਨ ਸਿੰਘ ਦਾ ਮੁੱਦਾ ਸੀ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਹੈ ਜਿਹੜੀ ਜਥੇਦਾਰ ਨੂੰ, ਮਤਲਬ ਇੱਕ ਅਸੀਂ ਜੇ ਕਹਿ ਲਈਏ ਕਿ ਅਦਾਰੇ ਦਾ ਚਪੜਾਸੀ ਵੀ ਇਸ ਤਰ੍ਹਾਂ ਬੇਨਤ ਕਰਕੇ ਇੰਨੀ ਵਾਰ ਕਰਦਾ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਆਪਣੇ ਜਥੇਦਾਰ ਜਿਨ੍ਹਾਂ ਦੀ ਮਤਲਬ ਇੱਕ ਉੱਚ ਪਦਵੀ ਮੰਨੀ ਜਾਂਦੀ ਹੈ, ਸਤਿਕਾਰਤ ਪਦਵੀ ਮੰਨੀ ਜਾਂਦੀ ਹੈ, ਭਾਵੇਂ ਕਿ ਠੀਕ ਹੈ ਉਹ ਬਾਦਲ ਕਹਿੰਦੇ ਰੋਲ ਵੀ ਆ, ਪਰੰਤੂ ਉਸ ਦੇ ਬਾਵਜੂਦ ਵੀ ਮਤਲਬ ਆਖਰ ਨੂੰ ਉਹਨਾਂ ਨੂੰ ਜਥੇਦਾਰ ਕਿਹਾ ਜਾਂਦਾ। ਉਹਨਾਂ ਨੂੰ ਇਸ ਤਰ੍ਹਾਂ ਜਿਹੜੀ ਉਹਨਾਂ ਦੀ ਛੁੱਟੀ ਕੀਤੀ ਜਾਂਦੀ ਹੈ, ਬੇਨਤੀ ਕਰਕੇ ਛੁੱਟੀ ਕੀਤੀ ਜਾਂਦੀ ਹੈ, ਇਹਨੂੰ ਤੁਸੀਂ ਕਿਸੇ ਨਜ਼ਰ ਨਾਲ ਦੇਖਦੇ ਹੋ? ਦੇਖੋ ਜੀ, ਹੀਰਾ ਸਾਹਿਬ ਜਿਹੜਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਬਰਖਾਸਤ ਕੀਤਾ ਹੈ, ਇਹ ਕੋਈ ਪਹਿਲੀ ਘਟਨਾ ਨਹੀਂ। ਬਿਲਕੁਲ, ਹਮੇਸ਼ਾ ਹੀ ਚਾਹੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋ, ਚਾਹੇ ਪਹਿਲਾਂ ਨੰਦਗੜ੍ਹ ਸਾਹਿਬ, ਜਿੰਨੇ ਵੀ ਜਥੇਦਾਰ ਇਹਨਾਂ ਨੇ ਬਰਖਾਸਤ ਕੀਤੇ ਆ ਜਾਂ ਲਾਹੇ ਆ, ਇੱਕੋ ਇੱਕ ਮਨੋਰਥ ਰਿਹਾ ਉਹ ਇੱਕੋ ਹੀ ਰਿਹਾ। ਹੁਣ ਇਸ ਵਾਰ ਵੀ ਇਹੀ ਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਮੰਨੀ ਗਈ ਸੀ, ਉਹ ਤੇ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ। ਉਹਦਾ ਹਮੇਸ਼ਾ ਤੁਹਈਆ ਰਿਹਾ ਵੀ ਜਿਹੜੀ ਸਿੱਖਾਂ ਨੂੰ ਐਨਰਜੀ ਦੇਣ ਵਾਲਾ ਸਿਧਾਂਤਕ ਤੌਰ ਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਦੂਜੇ ਸਾਡੇ ਤਖ਼ਤ ਹੈ, ਜਿੱਥੋਂ ਸਿੱਖ ਸੇਧ ਲੈਂਦੇ ਆ ਜ਼ੁਲਮ ਪ੍ਰਤੀ ਲੜਨ ਲਈ, ਉਸ ਸਿਧਾਂਤ ਦਾ ਤਹਿ ਨਹਿਸ ਕਰਨਾ, ਉਸ ਲਈ ਇਹ ਕੜੀ ਹੈ, ਇੱਕ ਉਹਨਾਂ ਦੀ ਪੌੜੀ ਹੈ ਵੀ ਜਥੇਦਾਰਾਂ ਨੂੰ ਲੋਕਾਂ ਦੇ ਸਾਹਮਣੇ ਐਸੇ ਤੌਰ ਤੇ ਜਲੀਲ ਕੀਤਾ ਜਾਵੇ ਕਿ ਇਹ ਜਥੇਦਾਰ ਸ਼ਬਦ ਦਾ ਸਤਿਕਾਰ ਵੀ ਘੱਟ ਜਾਵੇ। ਬਿਲਕੁਲ, ਤੇ ਇਹ ਜਿਹੜਾ ਸਿਧਾਂਤਕ ਤੌਰ ਤੇ ਜਿਹੜੀ ਇਹਨਾਂ ਨੇ ਕੋਈ ਇੱਕ ਪਤਾ ਨੀ ਕਦੋਂ ਕਦੇ ਸਮੇਂ ਦੇ ਲੱਗੇ ਹੋਏ ਆ,
ਇਸ ਸਿਧਾਂਤਕ ਮਰਿਆਦਾ ਦਾ ਢਾਲ ਕਰਨ, ਉਹਨਾਂ ਲਈ ਇੱਕ ਪੌੜੀ ਸਾਫ਼ ਹੁੰਦਾ। ਇਸ ਲਈ ਠੀਕ ਹੈ, ਇਸ ਵਾਰ ਪਤਾ ਨਹੀਂ ਸਿੱਖ ਮੰਡਲ ਚ ਕੀ ਗੱਲ ਹੋਊਗੀ, ਪਰ ਮੈਂ ਤਾਂ ਇਹ ਗੱਲ ਕਹਿ ਸਕਦਾ ਇਹ ਜੋ ਜੋ ਕਦਮ ਚੱਕਦੇ ਆ, ਇੱਕ ਤਰ੍ਹਾਂ ਦਾ ਸਿੱਖ ਨਬਜ ਵਿੱਚ ਟੀਕਾ ਲਾਉਂਦੇ ਆ ਵੀ ਕਿੰਨੀ ਸਿੱਖਾਂ ਚ ਸਮਰੱਥਾ ਹੋਊਗੀ ਸਹਿਣ ਸ਼ਕਤੀ ਦੀ, ਕਿਵੇਂ ਜਥੇਦਾਰਾਂ ਨੂੰ ਲਾਉਂਦੇ ਆ, ਕਿਵੇਂ ਜਲੀਲ ਕੀਤੇ ਜਾਂਦਾ, ਕਿਵੇਂ ਹੁਕਮਨਾਮੇ ਲਾਗੂ ਕੀਤੇ ਜਾਂਦੇ ਨੇ, ਕਿਵੇਂ ਜਥੇਦਾਰਾਂ ਨੂੰ ਵੀ ਤਲਬ ਕਰਦੇ ਆ। ਇਸ ਕਰਕੇ ਇਹ ਮੈਂ ਕਹਿੰਦਾ ਕੋਈ ਪਹਿਲਾ ਵਰਤਾਰਾ ਨਹੀਂ, ਆਸ ਕਰਦੇ ਆ ਅੰਤਮ ਵਰਤਾਰਾ ਹੋਵੇ। ਨਹੀਂ, ਜਿਸ ਤਰ੍ਹਾਂ ਚੱਕ ਸਾਹਿਬ ਪ੍ਰੈਣ ਸਾਹਿਬ ਨੇ ਗੱਲ ਕੀਤੀ ਕਿ ਆਸ ਕਰਦੇ ਆ ਇਹ ਅੰਤਮ ਵਰਤਾਰਾ ਹੋਵੇ, ਇਹ ਅੰਤਮ ਵਰਤਾਰਾ ਕਿਵੇਂ ਹੋ ਸਕਦਾ? ਸਭ ਤੋਂ ਪਹਿਲਾਂ ਸਰ ਜਸਪਾਲ ਸਿੰਘ ਜਿਹੜਾ ਜੀ, ਮੈਂ ਤੁਹਾਡੇ ਵੱਲੋਂ ਮੈਨੂੰ ਇੱਥੇ ਤੁਹਾਡੇ ਵੈਬ ਚੈਨਲ ਤੇ ਲਿਆ ਕੇ ਸਮੁੱਚੀ ਸੰਸਾਰ ਦੀਆਂ ਸਿੱਖ ਸੰਗਤਾਂ ਦੇ ਨਾਲ ਬੜਾ ਅਹਿਮ ਵਿਚਾਰ ਚਰਚਾ ਕਰਨ ਲਈ ਮੈਨੂੰ ਤੁਸੀਂ ਬੁਲਾਇਆ। ਸਾਰਿਆਂ ਨੂੰ ਮੈਂ ਫਤਿਹ ਬੁਲਾਉਂਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਤੇ ਨਾਲ ਹੀ ਤੁਹਾਡਾ ਅਤੇ ਤੁਹਾਡੇ ਅਦਾਰੇ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ। ਹੀਰਾ ਸਾਹਿਬ, ਜਿਹੜਾ ਮਸਲਾ ਤੁਸੀਂ ਪਹਿਲਾਂ ਵਿਚਾਰ ਚਰਚਾ ਸ਼ੁਰੂ ਕਰਕੇ ਪ੍ਰੈਣ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਆ ਸ਼ੁਰੂ ਕੀਤਾ, ਉਹ ਅੱਜ ਆਪਣੇ ਆਪ ਦੇ ਵਿੱਚ ਇੱਕ ਬੜਾ ਅਹਿਮ ਸਥਾਨ ਰੱਖਦਾ। ਪ੍ਰੈਣ ਸਾਹਿਬ ਨੇ ਜ਼ਿਕਰ ਕੀਤਾ ਵੀ ਸਾਡੀ ਜਿਹੜੀ ਸਿੱਖ ਵਿਚਾਰਧਾਰਾ, ਸਿੱਖ ਸਪਿਰਿਟ, ਜਿਹੜੇ ਸਾਡੇ ਰੋਲ ਮਾਡਲ ਆ, ਉਹਨਾਂ ਨੂੰ ਲਾਗੂ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ, ਬਾਕੀ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਇੱਕ ਜ਼ਰੀਆ ਸਨ। ਉਸ ਜਥੇਦਾਰ ਸਾਹਿਬਾਨ ਦੇ ਰੁਤਬੇ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਦੇ ਵਿੱਚ ਇੱਕ ਮੌਕ ਦਰਸ਼ਕ ਬਣਾਉਣਾ, ਇੱਕ ਉਸ ਨਾਲ ਖਿਲਵਾੜ ਕਰਨਾ ਵਿਚਾਰਧਾਰਾ ਨਾਲ, ਉਹ ਅੱਜ ਆਪਣੇ ਆਪ ਦੇ ਵਿੱਚ ਇੱਕ ਬੜਾ ਵਿਚਾਰਯੋਗ ਮਾਮਲਾ। ਜਿਹੜੀ ਘਟਨਾ ਫਤਿਹਗੜ੍ਹ ਸਾਹਿਬ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਕਰਪਾਲ ਸਿੰਘ ਗੁਰਦੁੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੋ ਕੇ ਗਿਆਨੀ ਗੁਰਮੁਖ ਸਿੰਘ ਨੂੰ ਬਰਖਾਸਤ ਕੀਤਾ। ਸਭ ਤੋਂ ਪਹਿਲਾਂ ਤਾਂ ਮੈਂ ਪਹਿਰੇਦਾਰ ਵੈਬ ਚੈਨਲ ਰਾਹੀਂ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਆਪਣੇ ਵਿਚਾਰ ਦੱਸਣਾ ਚਾਹੁੰਦਾ, ਜੋ ਤੁਸੀਂ ਮੈਨੂੰ ਜੋ ਆਪਣੇ ਵਿਚਾਰ ਪੁੱਛੇ ਆ ਵੀ ਸਿੱਖ ਵਿਚਾਰਧਾਰਾ ਤੇ ਗੁਰਦੁਆਰਾ ਐਕਟ ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਜਿਹੜਾ ਗੁਰਦੁਆਰਾ ਐਕਟ ਵਾ, ਜਿਸ ਐਕਟ ਦੀ ਪਾਲਣਾ ਕਰਕੇ ਅੱਜ ਕਿਰਪਾਲ ਸਿੰਘ ਗੁਰਦੁੰਗਰ ਜਾਂ ਜਥੇਦਾਰ ਅਵਤਾਰ ਸਿੰਘ ਮੱਕੜ ਜਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਜਾਂ ਜਥੇਦਾਰ ਚੰਨਣ ਸਿੰਘ ਜੀ ਧਨੋਆ ਕਰਦੇ ਰਹੇ ਆ, ਉਹ ਗੁਰਦੁਆਰਾ ਐਕਟ ਜਿਹੜੀ ਗੱਲ ਆਪਾਂ ਅੱਜ ਵਿਚਾਰਨੀ ਚਾਹੁੰਦੇ ਹਾਂ ਸਿੱਖ ਸਿਧਾਂਤਾਂ ਦੇ ਨਾਲ ਮੇਰੇ ਹੀ ਨਹੀਂ ਖਾ ਸਕਦੇ। ਸਮੇਂ ਸਮੇਂ ਦੀਆਂ ਸਰਕਾਰਾਂ ਨੇ, ਚਾਹੇ ਉਹ ਅੰਗਰੇਜ਼ ਸਰਕਾਰ ਨੇ, ਜਿਹੜਾ ਗੁਰਦੁਆਰਾ ਐਕਟ ਸਥਾਪਿਤ ਕੀਤਾ, ਜਿਵੇਂ ਪ੍ਰੈਣ ਸਾਹਿਬ ਨੇ ਕਿਹਾ ਕਿ ਉਹ ਇੱਕ ਕਿਸਮ ਦੀ ਇੱਕ ਵੱਖਰਾ ਰਸਤਾ ਸੀ ਕਿ ਸਾਡੀ ਜਿਹੜੀ ਵਿਚਾਰਧਾਰਾ ਜਾਂ ਸਾਡੇ ਜਥੇਦਾਰ ਸਾਹਿਬਾਨ ਆ ਉਹਨਾਂ ਨੂੰ ਜਲੀਲ ਕਰਨ ਦੇ ਲਈ ਇੱਕ ਡਾਕੂਮੈਂਟਲੀ ਇੱਕ ਕਿਤਾਬ ਤਿਆਰ ਕਰਤੀ। ਅੱਜ ਬੜੇ ਉਹ ਮਾਣ ਨਾਲ ਕਹਿੰਦੇ ਆ ਵੀ ਇਹ ਗੁਰਦੁਆਰਾ ਐਕਟ ਮੁਤਾਬਕ ਆ ਜੀ, ਅੱਜ ਵਿਚਾਰ ਨਾਲ ਹੀ ਗੱਲ ਵਾਇਆ ਜੀ ਇਹ। ਪਰ ਗੁਰਦੁਆਰਾ ਐਕਟ ਆ ਜਿਹੜਾ ਉਹ ਤਾਂ ਜਥੇਦਾਰ ਦੀ ਪਦਵੀ ਨਹੀਂ ਦੇ ਰਿਹਾ, ਉਹ ਸਿੱਖ ਮਿਨਿਸਟਰ ਦੀ ਪਦਵੀ ਦੇ ਰਿਹਾ, ਉਹਦੇ ਚ ਜਥੇਦਾਰ ਦੀ ਕੋਈ ਪਦਵੀ ਹੋਣੀ ਨਹੀਂ। ਜਿਹੜੀ ਮੁੱਦਾ ਸਾਡਾ ਇਹ ਆ ਗਿਆ ਕਿ ਜਿਹੜਾ ਤੁਸੀਂ ਗੱਲ ਕਰਦੇ ਹੋ ਕਿ ਗੁਰਦੁਆਰਾ ਐਕਟ ਆ ਤੇ ਗੁਰਦੁਆਰਾ ਪ੍ਰਬੰਧ ਆ, ਇਹ ਦੋਨੇ ਇਕੱਠੇ ਨਹੀਂ ਚੱਲ ਸਕਦੇ। ਇਕੱਠੇ ਨਹੀਂ ਚੱਲ ਸਕਦੇ, ਪਰ ਜਿਹੜੀ ਐਗਜ਼ੀਕਿਊਟਿਵ ਕਮੇਟੀ ਆ ਉਹਦਾ ਗੁਰਦੁਆਰਾ ਐਕਟ ਦੇ ਖਰੜੇ ਮੁਤਾਬਕ ਬਣੀ ਆ, ਉਹੀ ਉਹਨਾਂ ਨੂੰ ਲਾ ਰਹੀ ਆ, ਉਹੀ ਉਹਨਾਂ ਨੂੰ ਲਾ ਰਹੀ ਆ।
ਤੇ ਹੁਣ ਸਾਡੇ ਕੋਲ ਜਿਹੜੀ ਗੱਲ ਤੁਹਾਡੇ ਸਾਹਮਣੇ ਸੀ, ਜਿਹੜਾ ਸਵਾਲ ਤੁਹਾਡੇ ਕੋਲ ਸੀ ਕਿ ਇਹਨਾਂ ਨੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਜੋ ਜਥੇਦਾਰ ਨੂੰ ਬੇਚ ਕਰਕੇ ਤੋਰਨ ਵਾਲੀ ਗੱਲ ਆ ਸ਼੍ਰੋਮਣੀ ਕਮੇਟੀ ਵੱਲੋਂ, ਇਹ ਇਹਨਾਂ ਨੇ ਕਿਹਾ ਵੀ ਇਹ ਅੰਤਿਮ ਵਰਤਾਰਾ ਹੋਵੇ। ਮੈਂ ਅਰਦਾਸ ਕਰਦਾ ਇਹ ਅੰਤਿਮ ਵਰਤਾਰਾ ਕਿਵੇਂ ਹੋ ਸਕਦਾ? ਦੇਖੋ ਬਹੁਤ ਇੱਕ ਚੰਗੀ ਗੱਲ ਆ, ਪਰ ਇਹ ਤਦੇ ਹੀ ਹੋ ਸਕਦਾ ਜੇ ਅਮਲੀ ਇਸ ਗੱਲ ਤੇ ਸੰਗਤਾਂ ਆਪਣਾ ਜੀਵਨ ਸ਼ੁਰੂ ਕਰ। ਅੰਤਮ ਵਰਤਾਰਾ ਤਦ ਹੀ ਹੋ ਸਕਦਾ ਕਿ ਐਡੇ ਵੱਡੇ ਮਸਲੇ ਚ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਲਾਸਾਨੀ ਸ਼ਹਾਦਤਾਂ ਦੇਣ ਵਾਲੇ ਦੀ ਬਹੁ ਰੂਪੀਆ ਰੂਪ ਧਾਰਨ ਕਰਕੇ ਸਿੱਖ ਕੌਮ ਦੇ ਨਾਲ ਖਿਲਵਾੜ ਕੀਤਾ ਹੋਵੇ, ਉਸ ਬਹੁ ਰੂਪੀਏ ਖਿਲਵਾੜ ਕਰਨ ਵਾਲੇ ਨੂੰ ਥੋਪ ਕੇ ਚਿੱਠੀ ਦੇ ਕੇ ਜਿਹੜੇ ਰਾਜ ਕਰਨ ਵਾਲੇ ਲੋਕ ਸੀ ਆਪਣੇ ਆਪ ਨੂੰ ਅਖੌਤੀ ਅਕਾਲੀ, ਮੈਂ ਕਹੂੰਗਾ ਸੁਖਬੀਰ ਸਿੰਘ ਬਾਦਲੋਂ ਇਹ ਗੱਲ ਕਹਿੰਦਾ ਇਸ ਜਿਹੜੇ ਜਥੇਦਾਰ ਇਹਨਾਂ ਨੂੰ ਵੀ ਤੁਸੀਂ ਉਹਨੂੰ ਦੋਸ਼ ਮੁਕਤ ਕਰੋ। ਅਗਰ ਸਮੁੱਚੀ ਸਿੱਖ ਸੰਗਤ ਅੱਜ ਇਹੀ ਅਹਿਮ ਮਸਲੇ ਤੇ ਜਾਗ ਪਾਓ, ਦੇਖੋ ਗੁਰੂ ਗੋਬਿੰਦ ਸਿੰਘ ਪੁੱਤਰਾਂ ਦੇ ਦਾਨੀ ਸਾਨੂੰ ਇੱਕ ਵਿਚਾਰਧਾਰਾ ਦੇ ਕੇ ਗਏ, ਅਸੀਂ ਕਹਿੰਦੇ ਹਾਂ ਅਸੀਂ ਉਹਨਾਂ ਦੇ ਪੁੱਤਰ, ਤਦੇ ਹੀ ਇਹ ਅੰਤਮ ਵਰਤਾਰਾ ਹੋ ਸਕਦਾ ਹੈ ਨਾ। ਸਾਰੀ ਸਿੱਖ ਸੰਗਤ ਆਪਦੇ ਬਾਪ ਦੀ, ਜਿਹਨੂੰ ਮੈਂ ਗੱਲ ਕਹੂੰਗਾ ਆਪਾਂ ਆਮ ਤੌਰ ਤੇ ਪਿੰਡਾਂ ਚ ਕਹਿੰਦੇ ਹਾਂ, ਪਰ ਅੱਜ ਵੱਧ ਲੱਤੀ ਗਿਆ ਪਈ, ਜੇ ਅਸੀਂ ਹਜੇ ਵੀ ਨਹੀਂ ਜਾਗਾਂਗੇ, ਜੇ ਸਾਰੀ ਸਿੱਖ ਸੰਗਤ ਜਾਗ ਪਵੇ ਅੰਤਮ ਵਰਤਾਰਾ ਹੋ ਜੂਗਾ। ਇਸ ਮੋੜ ਦੇ ਉੱਤੇ ਸਾਰੇ ਸੰਸਾਰ ਚ ਵਸਣ ਵਾਲੇ ਸਿੱਖਾਂ ਨੂੰ ਜਿੰਨੀ ਛੇਤੀ ਹੋ ਸਕਦਾ, ਅੱਜ ਤੁਸੀਂ ਉਪਰਾਲਾ ਕੀਤਾ ਵਾ ਇਸ ਚੈਨਲ ਦੇ ਰਾਹੀਂ, ਜਿੰਨੀ ਛੇਤੀ ਹੋ ਸਕਦਾ ਆਪੋ ਆਪਣੇ ਸਾਧਨਾਂ ਨਾਲ ਜਾ ਕੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ। ਪ੍ਰੈਸ ਸਾਹਿਬ ਜਿਸ ਤਰ੍ਹਾਂ ਚੱਕ ਸਾਹਿਬ ਨੇ ਗੱਲ ਕੀਤੀ ਹੈ, ਜਿਵੇਂ ਤੁਸੀਂ ਵੀ ਇਹ ਗੱਲ ਕੀਤੀ ਹੈ ਕਿ ਜਿਹੜੀਆਂ ਸਿੱਖ ਦੁਸ਼ਮਣ ਤਾਕਤਾਂ ਨੇ ਉਹ ਸਿੱਖੀ ਦੀ ਹੋਂਦ ਨੂੰ ਖਤਮ ਕਰਨ ਲਈ ਕੌਮ ਨੂੰ ਵਾਰ ਵਾਰ ਟੀਕਾ ਲਾ ਕੇ ਦੇਖਦੀਆਂ ਨੇ। ਸੋ ਇਹਨਾਂ ਨੇ ਵੀ ਹੁਣ ਗੱਲ ਕੀਤੀ ਹੈ ਕਿ ਜੇ ਇਹਨੂੰ ਅੰਤਮ ਵਰਤਾਰਾ ਬਣਾਉਣਾ ਵਾ ਤਾਂ ਸਿੱਖ ਕੌਮ ਨੂੰ ਜਾਗਰੂਕ ਕਰਨਾ ਪਊਗਾ ਆਪਣਾ। ਤਾਂ ਹੁਣ ਸਾਡੇ ਸਾਹਮਣੇ ਸਵਾਲ ਇਹ ਹੈ, ਜਿਹੜਾ ਹਕੀਕਤ ਆ, ਅਸੀਂ ਜੋ ਕੁਝ ਮਰਜ਼ੀ ਗੱਲ ਕਰੀ ਜਾਈਏ, ਹਕੀਕਤ ਇਹ ਆ ਕਿ ਗਿਆਨੀ ਗੁਰਮੁਖ ਸਿੰਘ ਨੇ, ਚਲੋ ਅਸੀਂ ਗੁਰੂ ਗ੍ਰੰਥ ਸਾਹਿਬ ਵਾਲੇ ਜਿਹੜਾ ਬੇਅਦਬੀ ਕਾਂਡ ਆ ਜੇ ਉਹਦੀ ਗੱਲ ਕਰੀਏ ਕਿ ਉਹ ਏਡਾ ਮਤਲਬ ਜਿਹੜਾ ਮਤਲਬ ਸਿੱਖਾਂ ਦਾ ਜਾਨ ਤੋਂ ਪਿਆਰਾ ਗੁਰੂ ਸਾਹਿਬ ਆ, ਉਸ ਬੇਅਦਬੀ ਕਾਂਡ ਤੋਂ ਵੀ ਕੌਮ ਪਿੱਛੇ ਭੱਜੀ। ਹੁਣ ਜਦੋਂ ਸੌਦਾ ਸਾਧ ਦੇ ਮੁੱਦੇ ਤੇ ਗੱਲ ਬੜੀ ਸਾਫ਼ ਤੇ ਸਪਸ਼ਟ ਸਾਹਮਣੇ ਆ ਗਈ ਸੀ ਕਿ ਇਹਦੇ ਪਿੱਛੇ ਬਾਦਲ ਪਰਿਵਾਰ ਹੈ, ਤੇ ਅੱਜ ਵੀ ਇਹ ਗੱਲ ਸਾਹਮਣੇ ਆ ਗਈ ਹੈ ਕਿ ਜੋ ਕੁਝ ਜਥੇਦਾਰਾਂ ਨਾਲ ਵਾਪਰਦਾ ਇਹ ਵੀ ਬਾਦਲ ਪਰਿਵਾਰ ਆ, ਤੇ ਹੁਣ ਤੱਕ ਕੌਮ ਦੇ ਵਿੱਚੋਂ ਇਸ ਸੰਬੰਧੀ ਕਿਸ ਤਰ੍ਹਾਂ ਤੋਂ ਨਾ ਕੋਈ ਉਸ ਤਰ੍ਹਾਂ ਦਾ ਰਿਐਕਸ਼ਨ ਆਇਆ ਜਿਹੜਾ ਆਉਣਾ ਚਾਹੀਦਾ ਸੀ, ਤੇ ਫਿਰ ਅਸੀਂ ਕਿਵੇਂ ਇਸ ਗੱਲ ਨੂੰ ਮੰਨ ਲਈਏ ਕਿ ਕੌਮ ਦੀ ਜ਼ਮੀਰ ਆ ਜਿਹੜੀ ਉਹ ਉਸ ਪੱਧਰ ਤੱਕ ਜਾ ਸਕਦੀ ਹੈ ਕਿ ਅੰਤਮ ਵਰਤਾਰਾ ਹੋ। ਦੇਖੋ ਜੀ, ਜਦੋਂ ਕੋਈ ਸਮੱਸਿਆ ਆਉਂਦੀ ਹੈ ਚਾਹੇ ਦੁਨਿਆਵੀ ਹੋਵੇ ਚਾਹੇ ਮੌਜੂਦਾ ਧਰਮ ਨਾਲ ਸੰਬੰਧਿਤ, ਉਹਦੇ ਹੱਲ ਦੋ ਹੁੰਦੇ ਆ। ਇੱਕ ਤਾਂ ਤਤਕਾਲੀ ਹੱਲ ਲੱਭਿਆ ਜਾਂਦਾ ਜਿਹੜਾ ਨੇੜੇ ਹਥਿਆਰ ਛੇਤੀ ਵਰਤਿਆ ਜਾ ਸਕੇ, ਠੀਕ ਹੈ, ਜਿਵੇਂ ਚੱਕ ਸਾਹਿਬ ਨੇ ਕਿਹਾ ਬਈ ਸਾਰੀ ਕੌਮ ਲਾਮਬੰਦ ਹੋਵੇ, ਇਹ ਲੰਬੇ ਸਮੇਂ ਦੀ ਲੜਾਈ ਹੈ, ਜਿਹੜਾ ਫੌਰੀ ਤੌਰ ਤੇ ਹੱਲ ਮੈਂ ਕਹਿ ਸਕਦਾ ਇਹਦਾ ਇਹੀ ਹੈ ਬਈ ਸ਼੍ਰੋਮਣੀ ਅਕਾਲੀ ਦਲ ਕੋਲ ਪਾਵਰ ਆ, ਸ਼੍ਰੋਮਣੀ ਅਕਾਲੀ ਦਲ ਮਾਫ਼ ਕਰਨਾ ਫਿਰ ਜ਼ੁਬਾਨ ਤੇ ਚੜਿਆ ਕਿਹਾ ਜਾਂਦਾ ਬਾਦਲ ਦਲ ਕੋਲ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਰਿਹਾ ਨਹੀਂ। ਜਦੋਂ ਤਖ਼ਤਾਂ ਦੇ ਜਥੇਦਾਰ ਲਾਏ ਜਾਂਦੇ ਆ, ਮਤ ਸੋਚੋ ਇਹ ਕਾਬਲੀਅਤ ਕਰਕੇ ਲਾਏ ਜਾਂਦੇ ਆ, ਮਤ ਸੋਚੋ ਕਿ ਕੌਮ ਦੀ ਬੇੜੀ ਨੂੰ ਮਲਾਹ ਜਾਣ ਕੇ ਮੱਝ ਧਾਰ ਤੋਂ ਅੱਗੇ ਕੱਢਣ ਲਈ ਲਾਏ ਜਾਂਦੇ ਆ, ਮਤ ਸੋਚੋ ਕੌਮ ਦੀਆਂ ਕਦਰਾਂ ਕੀਮਤਾਂ ਨੂੰ ਸਥਾਈ ਰੱਖਣ ਲਈ ਕੌਮ ਨੂੰ ਮਾਰਗਦਰਸ਼ਨ ਕਰਨ ਲਈ ਲਾਏ ਜਾਂਦੇ ਆ,
ਇਹ ਤਾਂ ਸਿਰਫ ਇੱਕ ਪਰਿਵਾਰ ਨੇ, ਜਦੋਂ ਤੱਕ ਬਾਦਲ ਸਾਹਿਬ ਦੀ ਗੱਲ ਕਰੀਏ, ਆਪਦੀ ਰਾਜਨੀਤੀ ਨੂੰ ਸਥਾਪਿਤ ਰੱਖਣ ਲਈ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਉਹਨਾਂ ਨਾਲ ਜਿਹੜਾ ਇਹ ਲੈਣ ਦੇਣ ਕੀਤਾ, ਜਿਹੜਾ ਜੇ ਕਹਿ ਦਈਏ ਆਪਾਂ ਕਮਿਟਮੈਂਟ ਕੀਤੀ ਆ ਉਹਨੂੰ ਪੂਰੀ ਕਰ ਲਈ ਆ, ਤੇ ਮੂਹਰੇ ਫਿੱਟ ਕੀਤੇ ਜਾਂਦੇ ਆ। ਅਸੀਂ ਇਸ ਗੱਲ ਦੀ 100% ਗਰੰਟੀ ਨਹੀਂ ਕਹਿ ਸਕਦੇ ਵੀ ਜੇ ਜਥੇਦਾਰ ਜਿਨ੍ਹਾਂ ਨੂੰ ਇਹਨੇ ਲਾਇਆ ਉਹ ਕੌਮ ਦੀਆਂ ਭਾਵਨਾ ਤੇ 100% ਖਰਾ ਉਤਰਦੇ ਸਨ, ਠੀਕ ਹੈ। ਪਰ ਸਿੱਖਾਂ ਚ ਇਹ ਗੱਲ ਜਾਂਦੀ ਹੈ ਜਿਹੜੀ ਸਤਿਕਾਰਯੋਗ ਪਦਵੀ ਹੈ, ਸਤਿਕਾਰਯੋਗ ਪਦਵੀ ਤੋਂ ਜਦੋਂ ਕਿਸੇ ਨੂੰ ਇਸ ਤਰ੍ਹਾਂ ਜਲੀਲ ਕਰਦਾ ਉਹ ਕੌਮ ਹਲੂਣਾ ਮਿਲਦਾ ਕਿ ਜਿਹੜੀ ਜਥੇਦਾਰ ਦੀ ਸ਼ਬਦ ਆ ਬੜਾ ਸਤਿਕਾਰਯੋਗ ਸ਼ਬਦ ਸੀ। ਮੈਂ ਬਰੀਕ ਚ ਗੱਲ ਕਰਦਾ, ਇਹਨਾਂ ਨੇ ਜਥੇਦਾਰਾਂ ਨੂੰ ਇਸੇ ਨੂੰ ਚੁਣਿਆ, ਇਹੋ ਜਿਹੇ ਇਹਨਾਂ ਤੋਂ ਕੰਮ ਕਰਾਦੇ। ਸਧਾਰਨ ਸਿੰਘ ਜਥੇਦਾਰ ਸ਼ਬਦ ਤੋਂ ਵੀ ਥੋੜੇ ਸਮੇਂ ਚ ਘਿਰਨਾ ਕਰਨ ਲੱਗ ਜੂ ਜੇ ਆ ਬੋਲਿਆ। ਜਿਵੇਂ ਮਸੰਦ ਪ੍ਰਥਾ ਗੁਰੂ ਸਾਹਿਬ ਦੇ ਸਮੇਂ ਚੱਲੀ ਸੀ, ਮਸੰਦਾਂ ਨੇ ਮੁੱਢਲੇ ਸਮੇਂ ਦੇ ਵਿੱਚ ਧਰਮ ਦਾ ਪ੍ਰਚਾਰ, ਰੱਖ ਰਖਾਵ, ਸਾਧਨਾ ਨੂੰ ਗੁਰੂ ਸਾਹਿਬ ਦੇ ਸਮਾਗਮਾਂ ਦੇ ਵਿੱਚ ਪਹੁੰਚਾਉਣਾ, ਹੁਕਮਨਾਮਿਆਂ ਨੂੰ ਸੰਗਤਾਂ ਦੇ ਵਿੱਚ ਪਹੁੰਚਾਉਣਾ, ਜੰਗਲਾਂ ਚ ਲੜਾਈ ਲੜਦੇ ਸਿੰਘਾਂ ਨੂੰ ਸੂਹ ਦੇਣਾ ਸੀਗਾ। ਪਰ ਉਹ ਮਸੰਦਾਂ ਨੇ ਆਪਦਾ ਕਿਰਦਾਰ ਇੰਨਾ ਦਸਵੇਂ ਪਾਤਸ਼ਾਹ ਦੇ ਸਮੇਂ ਮਾੜਾ ਕਰ ਲਿਆ ਕਿ ਉਹ ਮਸੰਦਾਂ ਦੀ ਜੇ ਡੈਫੀਨੇਸ਼ਨ ਕਹੀਏ, ਮਸੰਦ ਬਹੁਤ ਮਾੜਾ ਸ਼ਬਦ ਛੇੜਿਆ ਜਾਣ ਲੱਗੇ। ਇਸ ਰੋਡ ਜਥੇਦਾਰਾਂ ਦੇ ਕਾਰਨਾਮੇ ਵੀ ਜਥੇਦਾਰ ਸ਼ਬਦ ਦੀ ਤੁਹੀਨ ਕੀਤੀ ਆ। ਪਰ ਜਿਹੜਾ ਅੰਤਿਮ ਗੱਲ ਆ ਵੀ ਅੰਤਿਮ ਪ੍ਰਤਾਰਾ ਹੋਵੇ, ਮੈਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਜਿਹੜਾ, ਮੈਂ ਤਾਂ ਅਸਲ ਦਾ ਉਹਦੇ ਵਿੱਚ ਬੈਠੇ ਆ ਜਿਹੜੇ ਜਾਗਦੀ ਜ਼ਮੀਰ ਵਾਲੇ, ਉਹਦਾ ਫੌਰੀ ਹੱਲ ਲੱਭ ਸਕਦੇ ਆ। ਕਿਉਂ ਲੱਭ ਸਕਦੇ ਆ? ਜਿਹੜਾ ਪਾਰਟੀ ਦਾ ਪ੍ਰਧਾਨ ਆ ਉਹ ਤੋਂ ਪਾਰਟੀ ਦੇ ਅਧਿਕਾਰ ਖੋਹ ਲੈਣ। ਜਦੋਂ ਤੁਸੀਂ ਖੁਦ ਚੋਣ ਕਮੇਟੀ ਦੇ ਮੈਂਬਰ ਹੋ, ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ ਇਸ ਵੇਲੇ ਕਿ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਆ, ਕੀ ਤੁਸੀਂ ਅੱਜ ਇਸ ਪਲੇਟਫਾਰਮ ਤੋਂ ਉਹਨਾਂ ਨੂੰ ਇਸ ਤਰ੍ਹਾਂ ਦਾ ਸੱਦਾ ਦਿਓਗੇ? ਮੈਂ ਤਾਂ ਇਹੀ ਕਹਾਂਗਾ ਵੀ ਪੰਥ ਬਹੁਤ ਵੱਡੀ ਤਾਕਤ ਹੁੰਦਾ। ਪੰਥ ਮੈਂ ਤਾਂ ਕੋਈ ਚੀਜ਼ ਆ ਦੇਖਣ ਵਾਲੀ ਵਸਤੂ ਨਹੀਂ, ਇੱਕ ਕਦਰਾਂ ਕੀਮਤਾਂ ਧਾਰਮਿਕ ਭਾਵਨਾਵਾਂ ਨੂੰ ਸੰਗਠਿਤ ਰੂਪ ਦੇ ਵਿੱਚ ਉਸ ਮਰਿਆਦਾ ਚ ਪਾਲਣ ਕਰਨ ਵਾਲੇ ਲੋਕਾਂ ਲਈ ਸੰਗਤ ਨੂੰ ਪੰਥ ਕਹਿੰਦੇ ਆ। ਪੰਥ ਦੀ ਜਿਹੜੀ ਰੂਹ ਆ, ਪੰਥ ਦੀ ਜਿਹੜੀ ਹੈਗੀ ਆ ਸੋਚ ਆ, ਉਹਦੀ ਜਿਹੜੀ ਰਜਾ ਚ ਰਹਿੰਦਾ ਬੰਦਾ ਉਹ ਪੰਥਕ ਆਗੂ ਹੁੰਦਾ। ਇਸ ਲਈ ਜਿਹੜੇ ਪਾਰਟੀ ਦੇ ਵਿੱਚ ਅਕਾਲੀ ਦਲ ਚ ਰਹਿੰਦੇ ਆ ਉਹ ਜੇ ਪੰਥਕ ਆਗੂ ਬਣਨਾ ਚਾਹੁੰਦੇ ਆ ਉਹਨਾਂ ਕੋਲ ਬੜਾ ਢੁਕਵਾ ਸਮਾਂ, ਕਿਉਂਕਿ ਇਹ ਵੱਡੇ ਵੱਡੇ ਬਜ਼ੁਰਗ ਰਹਿਤਾ ਨੂੰ ਮਾਫ ਕਰ ਦਿੰਦਾ। ਇਤਿਹਾਸਕ ਮਿਥਿਹਾਸਕ ਹਵਾਲੇ ਆ, ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੱਡੀਆਂ ਵੱਡੀਆਂ ਜਿਹਨਾਂ ਨੇ ਕ੍ਰਹਿਤਾ ਕੀਤੀਆਂ ਜੋ ਉਹਦੀ ਗਲਤੀ ਸਵੀਕਾਰ ਕਰਕੇ ਮੁੱਖ ਧਾਰਾ ਚ ਪੰਥ ਦੀ ਸ਼ਾਮਲ ਹੁੰਦੇ ਰਹੇ ਆ, ਪੰਥ ਨੇ ਉਹਨਾਂ ਨੂੰ ਬੜਾ ਲਾਹ ਚੱਕਿਆ। ਅੱਜ ਛੋਟੇ ਵੱਡੇ ਆਗੂ ਜੇ ਉਹ ਮਹਿਸੂਸ ਕਰਨ ਵੀ ਜਿਹੜਾ ਕੁਛ ਅੱਗੇ ਹੋ ਗਿਆ ਹੋ ਗਿਆ, ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤਿਕ ਤੌਰ ਤੇ ਇੱਕ ਪੰਜਾਬ ਦੇ ਲੋਕਾਂ ਨੇ, ਵਿਦੇਸ਼ਾਂ ਦੇਸ਼ਾਂ ਚ ਤਾਂ ਸੀਗੇ, ਪੰਜਾਬ ਦੇ ਲੋਕਾਂ ਨੇ ਇੱਕ ਹਲੂਣਾ ਦਿੱਤਾ। ਪਰ ਕਿਤੇ ਇਹ ਹਲੂਣਾ ਦੇ ਕੇ ਫਿਰ ਸਥਾਪਤੀ ਵੱਲ ਨਾ ਚੱਲ ਜਾਵੇ। ਇਹ ਤੋਂ ਮੈਂ ਤਾਂ ਕਹਿੰਦਾ ਹੋ ਸਕੇ ਸਮਾਜਿਕ ਵਾਈਗਾਰਡੀ ਇਹਨਾਂ ਦਾ ਹੋ ਜਾਵੇ, ਇਹਨਾਂ ਤੋਂ ਇਹ ਜਥੇਬੰਦੀ ਨੂੰ ਮੁਕਤ ਕਰਾਇਆ ਜਾਵੇ, ਤਾਂ ਇਹ ਚੰਗੇ ਲੋਕਾਂ ਦੇ ਹੱਥ ਚ ਵਾਗਡੋਰ ਆ ਜਾਵੇ। ਮੈਂ ਤਾਂ ਇੱਥੋਂ ਤੱਕ ਖੁੱਲੇ ਮਨ ਦਾ ਇਹ ਗੱਲ ਕਹਿ ਸਕਦਾ। ਮੈਂ ਵੈਸੇ ਕਿਸੇ ਆਗੂ ਨੂੰ ਚੰਗਾ ਹੋਣ ਦੀ ਤਸਦੀਕ ਨਹੀਂ ਕਰਦਾ। ਬਾਦਲਾਂ ਤੋਂ ਬਿਨਾਂ ਦੂਜੀ ਅਧਿਕਾਰ ਦੇ ਜਿਹੜੇ ਆਗੂ ਆ, ਬ੍ਰਹਮਪੁਰਾ, ਢੀਂਡਸਾ ਸਾਹਿਬ, ਭੁੰਦੜ ਜਾਂ
ਪਰ ਮੈਂ ਜਾਤੀ ਤੌਰ ਤੇ ਜ਼ਿਆਦਾ ਨੇੜੇ ਨਹੀਂ ਕਿਸੇ ਦੀ, ਪਰ ਜੇ ਉਹਨਾਂ ਚੋਂ ਵੀ ਕਿਸੇ ਨੂੰ ਆਵਾਜ਼ ਉੱਠ ਦਿੱਤੀ ਜਾਵੇ, ਬਾਦਲਾਂ ਨਾਲੋਂ ਚੰਗੇ ਸਾਫ਼ ਹੋਣਗੇ, ਇਹ ਤੋਂ ਮਾੜੇ ਸਾਫ਼ ਨਹੀਂ ਹੁੰਦੇ। ਚੱਟ ਸਾਹਿਬ ਜਿਹੜੀ ਗੱਲ ਪੜੈਣ ਸਾਹਿਬ ਨੇ ਕੀਤੀ ਆ, ਕਿਉਂਕਿ ਜਦੋਂ ਗਿਆਨੀ ਗੁਰਮੁਖ ਸਿੰਘ ਨੂੰ ਹਟਾਉਣ ਦਾ ਮਤਾ, ਕਿਉਂਕਿ ਉਹ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਏਜੰਡੇ 'ਚ ਸ਼ਾਮਿਲ ਨਹੀਂ ਸੀ, ਅਖੀਰ ਤੇ ਜਾ ਕੇ ਜਦੋਂ ਅਵਤਾਰ ਸਿੰਘ ਬਣਾ ਵਾਲਾ ਜਿਹੜਾ ਉਹ ਐਸ ਸੀ ਰਿਹਾ ਸੁਖਬੀਰ ਬਾਦਲ ਦਾ, ਤੇ ਹੁਣ ਸਭ ਚੱਟ ਕਮੇਟੀ 'ਚ ਆ, ਜਦੋਂ ਉਹਨੇ ਆ ਕੇ ਮਤਲਬ ਕੁੱਕਾ ਨੇ ਜਪੂਕ ਮਾਰੀ ਆ ਕਰਪਾਲ ਸਿੰਘ ਦੇ ਉੱਤੇ, ਬਾਹਰ ਇੱਕ ਗੱਲ ਪਹਿਲਾਂ ਹੀ ਮਿਲਾ ਦਿੱਤੀ ਗਈ ਸੀ ਕਿ ਅੱਜ ਛੁੱਟੀ ਕਰਨੀ ਆ, ਸੋ ਬਿਲਕੁਲ ਸਾਫ਼ ਹੋ ਗਿਆ ਕਿ ਇਹ ਜੋ ਕੁਝ ਹੋਇਆ ਸਾਰਾ ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਹੋਇਆ। ਅਤੇ ਹੁਣ ਜਿਹੜੀ ਅੱਗੋਂ ਪੜੈਣ ਸਾਹਿਬ ਨੇ ਇੱਕ ਗੱਲ ਕੀਤੀ ਆ ਕਿ ਅਕਾਲੀ ਦਲ ਆ ਜਿਹੜਾ, ਸ਼੍ਰੋਮਣੀ ਅਕਾਲੀ ਦਲ ਆ ਜਿਹੜਾ, ਜਿਹਦੇ 'ਤੇ ਇਸ ਵੇਲੇ ਬਾਦਲ ਦਾ ਕਬਜ਼ਾ, ਉਹਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ, ਹੁਣ ਇੱਕ ਪਾਸੇ ਤਾਂ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਸਿਰ ਸੁੱਟ ਕੇ ਬਿਨਾਂ ਕਿਸੇ ਗੱਲ ਤੋਂ ਵੀ ਸੋਚਿਆ ਵੀ ਵਿਚਾਰਿਆ ਕਿ ਇਹ ਕੀ ਅਸੀਂ ਕਰ ਰਹੇ ਹਾਂ, ਇਹਦਾ ਭਵਿੱਖ 'ਚ ਕੀ ਅਸਰ ਪਊਗਾ, ਜੈਦਾਂ ਦੀ ਪਦਵੀ 'ਤੇ ਕੀ ਅਸਰ ਪਊਗਾ, ਸਾਡੀਆਂ ਹੋਰ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ 'ਤੇ ਕੀ ਅਸਰ ਪਊਗਾ, ਸਿਰ ਸੁੱਟ ਕੇ ਉਸ ਨੂੰ ਪ੍ਰਵਾਨ ਕਰ ਲਿਆ। ਹਾਲਾਂਕਿ ਇੱਕ ਤਰ੍ਹਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਮੁੱਚੀ ਕੌਮ ਨੇ ਜਿਹੜਾ ਜੇ ਬਾਦਲਾਂ ਨੂੰ ਸੱਤਾ ਤੋਂ ਲਾਂਭੇ ਕੀਤਾ, ਅਤੇ ਉਹਦੇ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦੀ ਕਾਰਡ ਆ ਜਿਹੜਾ ਉਹ ਮੁੱਖ ਰੂਪ ਦੇ ਵਿੱਚ ਹੈ। ਸੋ ਹੁਣ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਅੱਜ ਇਹ ਲੋੜ ਹੈ ਕਿ ਸਿੱਖ ਸਿਆਸਤ ਦੇ ਵਿੱਚੋਂ ਬਾਦਲਾਂ ਨੂੰ ਮਨਪੀ ਕੀਤਾ ਜਾਵੇ, ਉਹਦੇ ਲਈ ਕੀ ਕੁਛ ਸੰਭਵ ਹੈ ਜਾਂ ਸੰਭਵ ਨਹੀਂ। ਖੇੜਾ ਸਾਹਿਬ, ਪੜੈਣ ਸਾਹਿਬ ਨੇ ਜਿਹੜੀ ਮਨਪੀ ਹੋਣ ਵਾਲੀ ਗੱਲ ਕਹੀ ਆ ਉਹ ਵੀ ਉਚਿਤ ਆ, ਕਿਉਂਕਿ ਸਮਾਂ ਦੇਖੋ ਜੋ ਵੀ ਵਰਕਰ ਜਾਂ ਆਗੂ, ਚਾਹੇ ਉਹ ਦੂਜੇ ਨੰਬਰ ਦਾ ਚਾਹੇ ਤੀਜੇ ਨੰਬਰ ਦਾ ਚਾਹੇ ਚੌਥੇ, ਜਿਸ ਵੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਕਾਇਮ ਰੱਖਣ ਵਾਲੇ ਦੇ ਮਨ ਦੇ ਵਿੱਚ ਦਰਦ ਹੈ, ਇਦੋਂ ਵਧੀਆ ਮੌਕਾ ਹੋ ਵੀ ਨਹੀਂ ਸਕਦਾ। ਠੀਕ ਹੈ, ਕਿਉਂਕਿ ਕਾਰਨ ਇਹ ਹੈ ਜਿਵੇਂ ਤੁਸੀਂ ਕਿਹਾ ਵੀ ਅਵਤਾਰ ਸਿੰਘ ਬਣਾ ਲਿਆ ਆ, ਸੁਖਬੀਰ ਸਿੰਘ ਬਾਦਲ ਨੇ ਇੱਕ ਸੰਕੇਤ ਦੇਣ ਦੀ ਕੋਸ਼ਿਸ਼ ਕਰੀ ਵੀ ਅਗਰ ਗਿਆਨੀ ਗੁਰਮੁਖ ਸਿੰਘ ਜਿਹੜੀ ਅਸੀਂ ਕੋਈ ਕਰਮ ਕਰ ਰਹੇ ਸੀ ਰਾਜਨੀਤਿਕ ਤੌਰ ਤੇ ਸਾਨੂੰ ਝੂਠ ਕਰਦਾ ਸੀ, ਅਗਰ ਗਿਆਨੀ ਗੁਰਮੁਖ ਸਿੰਘ ਚਾਹੇ ਉਹ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਵੀ ਕਿਉਂ ਨਾ ਹੋਵੇ, ਉਹ ਲੋਕਾਂ 'ਚ ਲੈ ਕੇ ਜਾਂਦਾ ਵਾ, ਅਸੀਂ ਉਹਨੂੰ ਲਾ ਸਕਦੇ ਹਾਂ, ਆਮ ਬੰਦਾ ਸਾਡੇ ਅੱਗੇ। ਸੋ ਇਹ ਜਿਹੜੀ ਉਹਨੇ ਸੁਖਬੀਰ ਸਿੰਘ ਬਾਦਲ ਨੇ ਕਰਮ ਕੀਤਾ ਵਾ, ਇਹ ਦੋ ਨੰਬਰ ਵਾਲੇ ਆਗੂ ਤਿੰਨ ਨੰਬਰ ਵਾਲੇ ਆਗੂ ਇਸ ਗੱਲ ਤੋਂ ਸਬਕ ਸਿੱਖਣਾ ਚਾਹੀਦਾ। ਅਗਰ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਆਮ ਵਰਤਾਰਾ ਨਹੀਂ ਸੀ, ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਕੋ ਆਮ ਹੈਸੀਅਤ ਨਹੀਂ ਸੀ, ਅਗਰ ਸੁਖਬੀਰ ਸਿੰਘ ਬਾਦਲ ਆਪਦੇ ਰਾਜਨੀਤਿਕ ਨਬੇ ਨੁਕਸਾਨ ਜਾਂ ਆਪਦੀ ਧੌਂਸ ਜਾਂ ਆਕੜ ਦੇ ਲਈ ਉਹਨੂੰ ਪਰੇ ਕਰ ਸਕਦਾ, ਤਾਂ ਜਿਹੜੇ ਉਹ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਵਾਲੇ ਆ ਉਹ ਤਾਂ ਗੱਲ ਹੀ ਕੁਛ। ਸੋ ਮੈਂ ਪੜੈਣ ਸਾਹਿਬ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਾ ਵਾਂ, ਜਿੰਨੇ ਦੋ ਨੰਬਰ ਕਤਾਰ ਵਾਲੇ ਆਗੂ ਸਾਹਿਬਾਨ ਆ ਉਹਨਾਂ ਨੂੰ ਆਉਣ ਵਾਲਾ ਆਪਦਾ ਕੱਲ ਭਵਿੱਖ ਸੋਚਣਾ ਚਾਹੀਦਾ। ਅੱਜ ਇੱਕ ਪੰਥ ਦੋ ਕਾਰਜ ਕਰ ਸਕਦੇ ਆ, ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਕਾਇਮ ਰੱਖ ਸਕਦੇ ਆ, ਬਚਾਇਆ ਜਾ ਸਕਦਾ, ਦੂਸਰਾ ਪੰਥ ਦਾ ਭਲਾ ਕੀਤਾ ਜਾ ਸਕਦਾ, ਕਿਉਂਕਿ ਬਹੁਤ ਪਾਪ ਇਹੋ ਜਿਹੀ ਵੇਗੀ ਤੇ ਉਹ ਵੀ ਭਾਗੀਦਾਰ, ਉਹ ਵੀ ਅੱਜ ਉਸ ਪਾਪਾਂ ਨੂੰ ਧੋ ਸਕਦੇ ਆ। ਤੀਸਰਾ, ਅੱਜ ਸਮੁੱਚੇ ਪੰਜਾਬ ਚ ਵਸਣ ਵਾਲੇ ਲੋਕ, ਚਾਹੇ ਉਹ ਵਪਾਰਕ ਵਾ ਚਾਹੇ ਉਹ ਸਮਾਜਿਕ ਆ, ਜਿਹਨਾਂ ਦਾ ਪੰਥ ਦੇ ਇਸ ਕੰਮਾਂ ਨਾਲ ਨਹੀਂ ਸਰੋਕਾਰ, ਉਹ ਵੀ ਪ੍ਰਕਾਸ਼ ਸਿੰਘ ਬਾਦਲ ਤਥਾ ਉਹਦੀ ਪਰਿਵਾਰ ਨੇ ਜਿਹੜੀ ਲੁੱਟ ਕੀਤੀ ਆ ਉਹ ਤੋਂ ਅੰਤ ਦੁਖੀ ਆ। ਅਗਰ ਉਹ ਲੋਕਾਂ ਦੀ ਜਿਹੜੀ ਰਮਜ ਵਾ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੇ ਪਰਿਵਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਦੇ ਆ,
ਤਾਂ ਜਿਹੜੀ ਉਹਨਾਂ ਦੀ ਹਮਦਰਦੀ ਆ ਲੀਡਰ ਸਥਾਪਿਤ ਹੋ ਜਾਏ, ਕਿਉਂਕਿ ਜਦੋਂ ਵੀ ਕੋਈ ਲੀਡਰ ਕੋਈ ਰਾਜਨੀਤਿਕ ਗੱਲ ਕਰਦਾ ਉਹ ਨਵੇਂ ਨਕਸਾਨ ਸੋਚ ਕਰਦਾ। ਮੈਂ ਤਾਂ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਵੀ ਬਾਖੂਬੀ ਚਾਰ ਕਾਰਨਾਂ ਕਰਕੇ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਵਿਚਾਰਧਾਰਾ, ਦੂਜੀ ਪੰਥ ਦੀ ਵਿਚਾਰਧਾਰਾ, ਤੀਜੀ ਸਮਾਜਿਕ ਵਿਚਾਰਧਾਰਾ, ਚੌਥੀ ਰਾਜਨੀਤਿਕ ਨਵੇਂ ਨਕਸਾਨ। ਸੋ ਇਹਨੂੰ ਮੁੱਖ ਰੱਖ ਕੇ ਮੈਂ ਪਟੇਲ ਸਾਹਿਬ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਾ ਵਾਂ ਵੀ ਅੱਜ ਢੁਕਵਾਂ ਸਮਾਂ ਵਾ। ਠੀਕ ਹੈ, ਸੁਖਬੀਰ ਸਿੰਘ ਬਾਦਲ ਨੂੰ ਪਰੇ ਕਰਨ ਲਈ ਦੇਖੋ ਅਕਾਲੀ ਦਲ ਦਾ ਪ੍ਰਧਾਨ ਦੇ ਕੋਲੇ ਲੋਕਾਂ 'ਚ ਸਾਫ਼ ਸਥਾਪਿਤ ਹੋਣ ਲਈ ਇੱਕ ਧਾਰਮਿਕ ਏਜੰਡਾ ਆ ਚੁੱਕਾ। ਅੱਜ ਉਸ ਏਜੰਡੇ ਤੋਂ ਸੁਖਬੀਰ ਸਿੰਘ ਬਾਦਲ ਬਹੁਤ ਪਰੇ ਚਲਾ ਗਏ। ਅਗਰ ਦੋ ਨੰਬਰ ਤਿੰਨ ਨੰਬਰ ਵਾਲੇ ਕਿਸੇ ਆਗੂ ਇਸ਼ੂ ਕਰ ਲਈ ਅਸੀਂ ਅਕਾਲੀ ਦਲ ਲਈ ਨੂੰ ਅਗਵਾਈ ਕਰਨੀ ਆ, ਅੱਜ ਮੌਕਾ, ਅੱਜ ਉਹ ਮੌਕੇ ਦੀ ਵਰਤੋਂ ਕਰਨ। ਜਿਸ ਤਰ੍ਹਾਂ ਮਤਲਬ ਇਹ ਗੱਲ ਮੰਨੀ ਜਾਂਦੀ ਸੀ, ਪ੍ਰਵਾਨ ਕੀਤੀ ਜਾਂਦੀ ਸੀ ਵੀ ਸਿੱਖ ਸਿਆਸਤ ਚ ਉਹੀ ਧਿਰ ਉਹੀ ਪਾਰਟੀ ਪਕੜ ਬਣਾ ਕੇ ਰੱਖ ਸਕਦੀ ਹੈ, ਮਤਲਬ ਕਾਬਜ਼ ਲੈ ਸਕਦੀ ਹੈ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਹੋਈ। ਸੋ ਹੁਣ ਸ਼੍ਰੋਮਣੀ ਕਮੇਟੀ ਹੈ ਜਿਹੜੀ ਇਸ ਵੇਲੇ ਉਹ ਬਾਦਲ ਦਲ ਦੇ ਕਬਜ਼ੇ ਚ ਆ, ਤੇ ਦੂਜੇ ਪਾਸੇ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਸਿੱਖ ਸਿਆਸਤ ਤੋਂ ਬਾਦਲਾਂ ਨੂੰ ਮਰਜ਼ੀ ਕਰਨ ਦਾ ਇਹ ਢੁਕਵਾਂ ਮੌਕਾ। ਸੋ ਇਹ ਇੱਕ ਪਾਸੇ ਉਹ ਜਿਹੜੀ ਅਸੀਂ ਗੱਲ ਮੰਨਦੇ ਹਾਂ ਕਿ ਸਿੱਖ ਸਿਆਸਤ ਦੀ ਜਿਹੜੀ ਮਤਲਬ ਜਾਨ ਹੈ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਉਹਨਾਂ ਦੇ ਕਬਜ਼ੇ 'ਚ ਆ, ਅਤੇ ਦੂਸਰੇ ਪਾਸੇ ਅਸੀਂ ਉਹਨਾਂ ਨੂੰ ਸਿੱਖ ਸਿਆਸਤ ਤੋਂ ਮਰਜ਼ੀ ਕਰਨਾ ਚਾਹੁੰਦੇ, ਇਹ ਹਾਲਾਤ ਕਿਵੇਂ ਪੈਦਾ ਹੋ ਸਕਦੇ? ਦੇਖੋ ਜੀ, ਇਹ ਬਿਲਕੁਲ ਸਹੀ ਹੈ, ਤਦੀ ਜਿਹੜੀ ਜਥੇਦਾਰਾਂ ਦੀ ਦੁਰਗਤੀ ਜਾਂ ਭਾਵਨਾ ਕਰਵਾਣ ਹੁੰਦਾ ਜੇ ਅਕਾਲੀ ਦਲ ਦੀ ਜਾਂ ਸਿੱਖ ਸਿਆਸਤ ਸਥਾਪਨ ਦੀ ਸ਼ਕਤੀ ਸ਼੍ਰੋਮਣੀ ਕਮੇਟੀ ਕੋਲ। ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਲੰਬਾ ਸਮਾਂ ਦੇਖ ਲਿਓ, ਜਦੋਂ ਇਹ ਰਾਜਨੀਤਿਕ ਸੱਤਾ ਤੋਂ ਪਾਸੇ ਜਾਂਦਾ ਫਿਰ ਇਹੋ ਜਿਹੀਆਂ ਗੱਲਾਂ ਵੀ ਕਰਦਾ ਜਿਹੜੀਆਂ ਆਮ ਸਧਾਰਨ ਸਿੱਖਾਂ ਵਿੱਚ ਇਹਨੂੰ ਪੰਥ ਪ੍ਰਸਤ ਹੋਣ ਦਾ ਖਿਤਾਬ ਦੇ। ਹੋ ਸਕਦਾ ਇਸ ਵਾਰ ਵੀ ਕਰੇ, ਬੁਢਾਪਾ ਹੋ ਗਿਆ, ਸੁਖਬੀਰ ਦੇ ਵਿੱਚ ਉਨੀ ਨੀ ਹੈਗੀ ਸਮਰੱਥਾ ਕਿ ਆਪਦੇ ਆਪ ਨੂੰ, ਕਿਉਂਕਿ ਉਹਨੂੰ ਪੰਥਕ ਗੁੜਤੀ ਨੀ ਮਿਲੀ, ਉਸ ਕਲਚਰ ਤੋਂ ਪਾਸੇ ਰਿਹਾ, ਉਹ ਇੱਕ ਵਪਾਰਕ ਨਜ਼ਰੀਏ ਦੇ ਨਾਲ ਇਸ ਰਾਜਨੀਤਿਕ ਸਿਸਟਮ ਚ ਆਇਆ ਸੀ, ਮਾਈਕਰੋ ਮੈਨੇਜਮੈਂਟ ਵਾਲੇ, ਪਰ ਧਾਰਮਿਕ ਛਵੀ ਰੱਖਣ ਲਈ ਉਹਨੂੰ ਮਾੜਾ ਮੋਟਾ ਹੀਲਾ ਵਸੀਲਾ ਕਰਨਾ ਪਿਆ, ਉਹ ਨਹੀਂ ਹੋਊਗਾ। ਜੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਜਿਹੜੇ ਵੋਟਰ ਆ ਉਹ ਇਹ ਤੁਹਰੀਆ ਕਰ ਲੈਣ ਵੀ ਜੇ ਅਸੀਂ ਜਿਸ ਬੰਦੇ ਨੂੰ ਚੋਣ ਜਾ ਰਹੇ ਹਾਂ ਉਹ ਰਾਜਨੀਤਿਕ ਨਫੇ ਨੁਕਸਾਨ ਤੋਂ ਪਾਸੇ ਹੋਵੇ, ਅਸੀਂ ਜਿਹੜੀ ਸਾਡੀ ਚੋਣ ਆ ਇਹ ਸਹੀ ਪੰਥ ਪ੍ਰਸਤਾਂ ਦੀ ਚੋਣ ਹੋਣੀ ਚਾਹੀਦੀ ਆ। ਜਦੋਂ ਸਹੀ ਪੰਥ ਪ੍ਰਸਤ ਚੁਣ ਕੇ ਉੱਥੇ ਨੁਮਾਇੰਦਿਆਂ ਦੇ ਤੌਰ ਤੇ ਜਾਣਗੇ, ਅੱਜ ਵਾਂਗੂ ਨੀ, ਉਹ ਤਾਂ ਗੁਲਾਮੇ ਛੱਤ ਪਾ ਲੈਣਗੇ। ਉਹ ਅੰਤਰ ਕਮੇਟੀ ਦੇ 15 ਮੈਂਬਰ ਬੈਠੇ ਆ, ਉਹ ਤਾਂ ਜਲੇ ਬਡੂੰਗਰ ਨੂੰ ਚਾਹੇ ਬਣਾਲੀ ਛੱਡ ਕੇ ਸੁਖਬੀਰ ਦਾ ਕੋਈ ਹੋਰ ਉਹਦੇ ਕੰਨ ਚ ਕਹਿ ਦਿੰਦਾ ਬਡੂੰਗਰ ਸਾਹਿਬ ਦੇ, ਅਗਲੇ ਨੇ ਮੰਨਣਾ ਨੀ ਸੀ। ਇਸ ਕਰਕੇ ਜਦੋਂ ਪੰਥਕ ਕਸੌਟੀ ਦੇ ਪੂਰੇ ਉਤਰਦੇ ਉਮੀਦਵਾਰ ਉੱਥੇ ਚਲੇ ਜਾਣਗੇ ਤਾਂ ਫਿਰ ਇਹ ਜਿਹੜੀ ਆਪਾਂ ਕਾਮਨਾ ਕਰਦੇ ਹਾਂ ਇਸ ਯੁੱਗ ਦਾ ਅੰਤ ਹੋ ਜਾਊਗਾ ਤੇ ਇਹੀ ਇਹਦਾ ਹੱਲ ਆ। ਜਾਂ ਦੂਸਰਾ ਜਿਹੜਾ ਫੌਰੀ ਮੈਂ ਕਹਿੰਦਾ ਤਤਕਾਲੀ ਗੱਲ ਆ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਤਾਂ ਸੁਖਬੀਰ ਸਿੰਘ ਬਾਦਲ ਜਿਹੜੀ ਅਕਾਲੀ ਦਲ ਦੀ ਚਾਦਰ ਆ ਉਹਦੇ ਤੇ ਖੜਾ, ਕੋਈ ਇੱਕ ਆਗੂ ਝਟਕਾ ਮਾਰਨ ਵਾਲਾ ਹੋਵੇ ਉਹਦੇ ਪੈਰ ਨੀ ਲੱਗਣੇ। ਦੂਜੀ ਤੀਜੀ ਕਤਾਰ ਦੇ ਆਗੂਆਂ ਦੀ ਚੱਕ ਸਾਹਿਬ ਨੇ ਗੱਲ ਕੀਤੀ ਹੈ, ਠੀਕ ਆ, ਕਿਸੇ ਦਾ ਨਾਮ ਨੀ ਲਿਆ ਜਾ ਸਕਦਾ, ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਦਾਗ ਧੋਣ ਨੂੰ ਬੈਠੇ ਆ। ਸੀਨੀਅਰ ਆਗੂ ਉਹ ਵੀ ਬਹੁਤ ਇਸ ਗੱਲ ਨੂੰ ਹਮੇਸ਼ਾ ਬਰਗਾੜੀ ਕਰਨ ਦੀ ਗੱਲ ਤੁਸੀਂ ਕੀਤੀ ਆ, ਜਦੋਂ ਹੋਇਆ ਸਾਰਿਆਂ ਨੇ ਕਿਹਾ ਗਲਤ ਹੋਇਆ,
ਮੈਂ ਤਾਂ ਇਹ ਗੱਲ ਕਹਿੰਦਾ ਜਿਹੜਾ ਕਮਿਸ਼ਨ ਬਣਿਆ ਪਤਾ ਨੀ ਸਰਕਾਰਾਂ ਦੀਆਂ ਕੀ ਪਾਲਿਸੀਆਂ ਕਿਹੜੇ ਏਜੰਡੇ ਤੋਂ ਜੁਰਾ ਸਿੰਘ ਕਮਿਸ਼ਨ ਬਣਿਆ ਸੀ, ਲੋਕਾਂ ਨੇ ਪੜਿਆ ਨੀ, ਲੋਕਾਂ ਤੱਕ ਗਿਆ ਨੀ, ਸਰਕਾਰ ਦੇ ਵਿੱਚ ਸਾਬਣ ਦਿਖਾਇਆ ਠੰਡੇ ਪਾਸੇ ਪਾਇਆ। ਜੇ ਇੱਕ ਸਿੱਖ ਜੱਜ, ਸਾਬਕਾ ਜੱਜ ਕਰਦਾ ਵਾਲਾ ਨਾਮੀ ਜੱਜ ਹੈ, ਜੇ ਉਹ ਪਰਮਾਤਮਾ ਨੂੰ ਗੁਰੂ ਨੂੰ ਪ੍ਰਤੱਖ ਗੁਰੂ ਹਾਜ਼ਰ ਨਾਜ਼ਰ ਸਮਝ ਕੇ ਇਹਨੂੰ ਕੁਆਰੀ ਕਰਕੇ ਆ, ਸੁਖਬੀਰ ਨੂੰ 6 ਮਹੀਨੇ ਸਜ਼ਾ ਹੋਈ, ਕਿਉਂਕਿ ਗ੍ਰਹਿ ਵਿਭਾਗ ਜ਼ਿੰਮੇਵਾਰ ਹੁੰਦਾ ਨਹੱਤਿਆਂ ਤੇ ਗੋਲੀਆਂ ਚਲਾਉਣ, ਨਿਰਗ੍ਰਹਿ ਵਿਭਾਗ ਦੇ ਹੁਕਮਾਂ ਹੁਕਮਰਾਨਾਂ ਨੂੰ ਆਰਡਰ ਦਿੱਤੇ ਆ, ਇਹ ਗੱਲ ਸੱਚ ਹੈ। ਮੈਂ ਇਹ ਵੀ ਕਹਿੰਦਾ ਅੱਜ ਸਰਕਾਰ ਹੈ ਨੀ, ਕਿਸੇ ਅਫਸਰ ਨੇ ਨੀ ਕਹਿਣਾ ਮੈਂ ਆਪਦੀ ਮਰਜ਼ੀ ਦਾ ਚਲਾ ਲਈ, ਸੁਖਬੀਰ ਨੂੰ ਵਾਕਿਆ ਸਜ਼ਾ ਹੋਊ। ਇਹ ਜੱਜ ਸਾਹਿਬ ਵੀ ਇੱਕ ਬਹੁਤ ਵੱਡਾ ਮੈਂ ਕਹਿੰਦਾ ਕੌਮ ਦਾ ਦਰਦ ਵੰਡਾ ਸਕਦੇ ਆ, ਕਿਤੇ ਜੇ ਪੂਰੀ ਇਮਾਨਦਾਰੀ ਸਰਕਾਰ ਇਮਾਨਦਾਰੀ ਨਾਲ ਉਹਨੂੰ ਵਾਰੀ ਕਰਨ ਦੇਵੇ, ਸਰਕਾਰ ਉਹ ਸਾਧਨ ਮੁਹੱਈਆ ਕਰੇ ਇਮਾਨਦਾਰੀ ਨਾਲ ਜਾਂਚ ਕਰਨ ਦੇ, ਤਾਂ ਕੋਈ ਵੱਡੀ ਗੱਲ ਨੀ ਇਹ ਹੋ ਸਕਦਾ। ਚੱਕ ਸਾਹਿਬ, ਜਿਸ ਤਰ੍ਹਾਂ ਪਟੇਲ ਸਾਹਿਬ ਨੇ ਇੱਕ ਬੜਾ ਗੰਭੀਰ ਮੁੱਦਾ ਸਾਡੇ ਸਾਹਮਣੇ ਲਿਆ ਤਾਂ ਕੁਦਰਤ ਦਾ ਵਰਤਾਰਾ, ਕਹਿੰਦੇ ਨੇ ਵੀ ਉਹਦੀ ਮਤਲਬ ਲਾਠੀ ਆ ਜਿਹੜੀ ਬੇਵਾਜ ਆ ਤੇ ਉਹਦੀ ਚੱਕੀ ਹੈ ਜਿਹੜੀ ਹੌਲੀ ਕੀਤੀ ਹੈ। ਇਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਆ ਬੜੀ ਪਤਨੀ ਕੀਤੀ ਆ ਕਿ ਬਰਗਾੜੀ ਕਾਂਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਰਧੀ ਦਾ ਜਿਹੜੇ ਮਤਲਬ ਨਿਰੰਤਰ ਜਾਰੀ ਹੋਈ, ਉਹ ਬਰਗਾੜੀ ਕਾਂਡ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਾਦਲਾਂ ਦੇ ਸਿਆਸੀ ਜੀਵਨ ਦਾ ਅੰਤ ਬਣ ਸਕਦਾ। ਸੋ ਤੁਸੀਂ ਇਹਨੂੰ ਕਿਵੇਂ ਦੇਖਦੇ? ਸ਼ੀਰਾ ਸਾਹਿਬ, ਜਦੋਂ ਧਾਰਮਿਕ ਤੌਰ ਤੇ ਕਿਸੇ ਪਾਰਟੀ ਦਾ ਪ੍ਰਾਇਮਰੀ ਰੂਟ ਜੁੜਿਆ ਹੋਵੇ ਤਾਂ ਉਸ ਧਾਰਮਿਕ ਅਕੀਦੇ ਨੂੰ ਠੇਸ ਨਹੀਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਫਿਰ ਉਸ ਬਾਡੀ ਦਾ ਜਿਹੜਾ ਮੁਖੀ ਆ ਉਹ ਸਥਾਪਿਤ ਨਹੀਂ ਰਹਿ ਸਕਦਾ। ਪਰ ਜੋ ਅੱਜ ਹਾਲਾਤ ਕੀ ਹੈ, ਤਕਰੀਬਨ 2 ਸਾਲ ਦਾ ਸਮਾਂ ਨਹੀਂ ਗਿਆ, ਅੱਜ ਵੀ ਉਹ ਖਤਮ ਕਰਨ ਵਾਲੇ ਲੋਕ ਸੁਖਬੀਰ ਸਿੰਘ ਬਾਦਲ ਦੇ ਲੋਕਾਂ ਜਾਂਦੇ ਆ। ਗੱਲ ਤਾਂ ਸਿਰਫ ਇੱਕੋ ਹੀ ਕਾਰਨ ਆ ਵੀ ਜਿਹੜੇ ਵਿਅਕਤੀਆਂ ਨੇ 25% ਲੋਕਾਂ ਨੇ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰਾਂ ਨੂੰ ਵੋਟ ਪਾਈ ਆ, ਬਾਕੀ 75% ਨੇ ਤਾਂ ਉਹਨੂੰ ਨਿਕਾਲਤਾ। ਉਸ 25% ਵਰਕਰ ਜਿਹੜੇ ਆਪਣੇ ਆਪ ਨੂੰ ਧਰਮ ਦੇ ਵਾਰਸ ਕਹਿ ਸਕਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਗੁਰੂ ਮੰਨ ਸਕਦੇ ਆ, ਉਹ ਅੱਜ ਫੈਸਲਾ ਲੈ ਰਹੇ। ਸੁਖਬੀਰ ਸਿੰਘ ਬਾਦਲ ਕੀ ਵੱਡੇ ਵੱਡੇ ਨਹੀਂ ਲੱਭ ਰਹੇ? ਹੀਰਾ ਸਾਹਿਬ, ਕੁੱਲ ਦੇਖੋ ਜਿਹੜਾ ਕੁਦਰਤੀ ਵਰਤਾਰਾ ਤਾਂ ਹੈ, ਸਾਰਾ ਕੁਝ ਕੁਦਰਤ ਦੀ ਖੇਡ ਚੱਲ, ਪਰ ਅਸਲ ਜਦੋਂ ਕੋਈ ਗੱਲ ਇੰਪਲੀਮੈਂਟ ਹੋਣੀ ਆ, ਕੋਈ ਗਾਹਾਂ ਕਾਰਵਾਈ ਹੋਣੀ ਆ, ਤਾਂ ਉਸ ਗੱਲ ਤੇ ਹੁੰਦੀ ਜਦੋਂ ਲੋਕ ਫੈਸਲਾ ਦੇ। ਸੋ ਮੈਂ ਸਮੁੱਚੇ ਸੰਸਾਰ ਚ ਵਸਣ ਵਾਲੀ ਸਿੱਖ ਆਵਾਮ ਨੂੰ ਬੇਨਤੀ ਕਰਦਾ, ਜਿਹਦੇ ਚ ਹੋ ਸਕਦਾ ਅਸੀਂ ਵੀ ਹਿੱਸੇਦਾਰ ਰਹੇ ਹੋਈ, ਜਿਹੜਾ ਦੋਸ਼, ਜਿਹੜੀਆਂ ਖਨਾਮੀਆਂ, ਜਿਹੜੇ ਗੁਨਾਹ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਆ, ਸੁਖਬੀਰ ਸਿੰਘ ਬਾਦਲ ਨੇ ਕੀਤੇ ਆ, ਜਿੰਨੇ ਕੋ ਦੋਸ਼ੀ ਆ ਉਹਨੇ, ਅਸੀਂ ਵੋਟਾਂ ਪਾਉਣ ਵਾਲੇ ਵੀ ਦੋਸ਼ੀ ਆ। ਸਾਡੇ ਕੋਲੇ ਵੀ ਅੱਜ ਮੌਕਾ, ਜੇ ਲੀਡਰਾਂ ਕੋਲੇ ਮੌਕਾ ਆਪਦੇ ਪਾਪ ਧੋਣ ਦਾ, ਵੀਰਾਂ ਦਾ, ਸਾਡੇ ਕੋਲੇ ਵੀ ਮੌਕਾ। ਮੈਂ ਸਾਰੇ ਸੰਸਾਰ ਚ ਵਸਣ ਵਾਲੇ ਉਹ ਲੋਕਾਂ ਨੂੰ ਬੇਨਤੀ ਕਰੂੰਗਾ ਜਿਨ੍ਹਾਂ ਨੇ ਅੱਜ ਤੱਕ ਸੁਖਬੀਰ ਸਿੰਘ ਬਾਦਲ ਦੇ ਨਾਮਜ਼ਦ ਕੀਤੇ ਵੀਰਵਾਰਾਂ ਨੂੰ ਵੋਟਾਂ ਪਾਈਆਂ। ਆਓ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ, ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਮੰਨਦੇ ਹੋ, 2 ਕਾਰਨ ਹੋਏ ਸਭ ਤੋਂ ਵੱਡੇ, ਸੁਖਬੀਰ ਸਿੰਘ ਬਾਦਲ ਨੇ ਆਪ ਕਰਾਏ, ਗੁਰੂ ਗ੍ਰੰਥ ਸਾਹਿਬ ਦੀ ਬੇਨਤੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਨ ਰਚਾਉਣ ਦੇ ਲਈ, ਰਾਜਨੀਤਿਕ ਫਾਇਦਾ ਲੈਣ ਦੇ ਲਈ ਸੌਦਾ ਸਾਧ ਨੂੰ ਵਰਤਿਆ। ਅਗਰ ਦੋ
ਜਿਹੜੇ ਸਾਡੇ ਵੱਡੇ ਧਾਰਮਿਕ ਬਿੰਬ ਵਾ ਜਿਹਨਾਂ ਤੋਂ ਅਸੀਂ ਸ਼ਾਮ ਸਵੇਰ ਕਹਿੰਦੇ ਹਾਂ ਵੀ ਸੱਚੇ ਪਾਤਸ਼ਾਹ ਸਾਡੇ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ੇ, ਤਾਂ ਤਦੇ ਸੁੱਖ ਸ਼ਾਂਤੀ ਹੋਊਗਾ ਜੇ ਅਸੀਂ ਵੀ ਆਪਦੇ ਪਾਪ ਧੋਈਏ। ਅਸੀਂ ਉਹ ਲੋਕਾਂ ਨੂੰ ਅਨਰਜੀ ਦਿੱਤੀ ਹੈ। ਸੋ ਮੈਂ ਤਾਂ ਸਾਰੇ ਸੰਸਾਰ 'ਚ ਵਸਣ ਵਾਲੇ ਸਿੱਖਾਂ ਨੂੰ ਬੇਨਤੀ ਕਰੂੰਗਾ ਕਿ ਆਓ ਆਪਣੇ ਕੋਲ ਵੀ ਮੌਕਾ। ਮੈਂ ਪਹਿਰੇਦਾਰ ਵੈਬ ਚੈਨਲ ਰਾਹੀਂ ਸਾਰੇ ਉਹ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਲੀਡਰਾਂ ਨੇ ਤਾਂ ਪਾਪ ਧੋਣੇ ਧੋਣੇ, ਆਪਾਂ ਵੀ ਆਪਣੇ ਪਾਪ ਧੋਈਏ, ਅੱਜ ਮੌਕਾ ਆਪਣੇ ਕੋਲ। ਸੋ ਬ੍ਰੈਂਡ ਸਾਹਿਬ, ਤੁਸੀਂ ਵੀ ਜਿਹੜੀ ਗੱਲ ਚੱਕ ਸਾਹਿਬ ਨੇ ਕੀਤੀ ਹੈ, ਤੁਸੀਂ ਉਹਦੀ ਆਰੰਭ ਕਰ ਦਿੱਤੀ ਹੈ ਕਿ ਇੱਕ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਉਹਨਾਂ ਨੂੰ ਤੁਸੀਂ ਇੱਕ ਸਰਦਾ ਦਿੱਤਾ। ਪਰੰਤੂ ਇੱਕ ਆਖਰੀ ਸਵਾਲ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੂੰਗਾ ਕਿ ਜਥੇਦਾਰਾਂ ਦੀ ਜਿਹੜੀ ਬੇਨਤੀ ਹੁੰਦੀ ਆ ਇਹ ਨਿਰੰਤਰ ਜਾਰੀ ਆ, ਇੱਕ ਦੀ, ਦੂਜੇ ਦੀ, ਤੀਜੇ ਦੀ, ਚੌਥੇ ਦੀ। ਪਰੰਤੂ ਜਿਹੜਾ ਵਿਅਕਤੀ ਇਸ ਅਹੁਦੇ 'ਤੇ ਆ ਜਾਂਦਾ ਫਿਰ ਉਹ ਇਸ ਗੱਲ ਨੂੰ ਭੁੱਲ ਕੇ ਹੋ ਜਾਂਦਾ ਕਿ ਕੱਲ੍ਹ ਨੂੰ ਮੇਰੇ ਨਾਲ ਵਿਆਹ ਹੋਣੀ ਆ। ਹੁਣ ਇੱਕ ਜਥੇਦਾਰ ਆ ਜਿਹੜਾ ਉਹਨੂੰ ਉਹ ਪਹਿਲਾਂ ਉਹ ਬੇਚ ਕਰਕੇ ਤੋਰਤਾ, ਪਰੰਤੂ ਦੂਜੇ ਦੋ ਜਥੇਦਾਰ ਨੇ ਜਿਹੜੇ ਉਹਨਾਂ ਵੱਲੋਂ ਕੋਈ ਇੱਕ ਸ਼ਬਦ ਵੀ ਇਸ ਸੰਬੰਧ ਵਿੱਚ ਨਹੀਂ ਬੋਲਿਆ ਗਿਆ, ਇਹ ਵੀ ਤੁਸੀਂ ਕਿਵੇਂ ਲਿਆ? ਹੀਰਾ ਸਾਹਿਬ, ਬਿਲਕੁਲ ਇਹ ਦਰੁਸਤ ਹੈ ਵੀ ਜਦੋਂ ਇੱਕ ਜਥੇਦਾਰ ਨਾਲ ਵਧੀਕੀ ਹੁੰਦੀ ਹੈ ਦੂਸਰੇ ਚੁੱਪ ਰਹਿੰਦੇ। ਜਦੋਂ ਗੁਰਮੁਖ ਸਿੰਘ ਜੀ ਨੂੰ ਜਥੇਦਾਰ ਅਪੁਆਇੰਟ ਕੀਤਾ ਗਿਆ ਸੀ, ਸ਼ਾਇਦ ਪਰਮਾਤਮਾ ਜਾਣਦਾ ਜਾਂ ਉਹ ਜਾਣਦੇ ਆ, ਉਹਨਾਂ ਨੂੰ ਇਸ ਗੱਲ ਦਾ ਇਲਮ ਹੋਊਗਾ। ਇਵੇਂ ਜਿਵੇਂ ਗਾਂ ਵਾਲੇ ਜਿਹੜੇ ਹੁਣ ਨਿਯੁਕਤ ਕੀਤੇ ਆ ਉਹਨਾਂ ਨੂੰ ਵੀ ਇਸ ਗੱਲ ਦਾ ਇਲਮ ਆ, ਪਰ ਜਦੋਂ ਲਾਉਂਦੇ ਆ ਨਾ ਮੈਂ ਸਮਝਦਾ ਉਦੋਂ ਵੀ ਆਪਦੀ ਮਰਜ਼ੀ ਨਾਲ ਲਾਉਂਦੇ ਆ ਵੀ ਕਿਹੜਾ ਜਿਹੜਾ ਕੁਛ ਅਸੀਂ ਕਰਨਾ ਚਾਹੁੰਦੇ ਹਾਂ ਉਹਦੇ ਅਨੁਕੂਲ ਬੈਠਦਾ। ਜਦੋਂ ਲਾਉਂਦੇ ਆ ਉਦੋਂ ਵੀ ਉਹ ਇਸ ਕਰਕੇ ਲਾਉਂਦੇ ਆ ਵੀ ਹੁਣ ਇਹ ਸਾਡੇ ਅਨੁਕੂਲ ਨਹੀਂ ਬੈਠਦਾ। ਇਹੀ ਕਾਰਨ ਆ ਦੁਰਗਤੀ ਦਾ। ਤੇ ਜੇਕਰ ਆਪਾਂ ਦੇਖੀਏ ਜਥੇਦਾਰ ਸਾਹਿਬ ਜੀ ਦਾ ਉੱਚ ਪਦਵੀ ਤੇ ਵਿਰਾਜਮਾਨ ਹੋਣਾ, ਕੋਈ ਵੀ ਚਾਹੇ ਗੁਰਮੁਖ ਸਿੰਘ ਹੋਣ, ਚਾਹੇ ਕੋਈ ਬੀਤੇ ਸਮੇਂ ਵਾਲੇ, ਚਾਹੇ ਜਿਹੜੇ ਤਖ਼ਤ ਅਕਾਲ ਤਖ਼ਤ ਸਾਹਿਬ ਦੇ ਜਿਹਨਾਂ ਵਰਤਮਾਨ, ਦੇਖੋ ਜਿਹੜਾ ਸਿਧਾਂਤ ਹੈ ਸਿੱਖ ਫਲਸਫਾ, ਜਦੋਂ ਤੁਸੀਂ ਉਹ ਤੇ ਪਹਿਰਾ ਦਿਓਗੇ ਤਾਂ ਤੁਹਾਡੇ 'ਚ ਬੜੀ ਵੱਡੀ ਤਾਕਤ ਹੋ ਸਕਦੀ ਆ, ਕਿਸੇ ਵੱਡੇ ਤੋਂ ਵੱਡੇ ਹੁਕਮਰਾਨ ਨੂੰ ਜਵਾਬ ਦੇਣ ਦਾ ਸਮਰੱਥਾ ਪੈਦਾ ਹੋ ਸਕਦੀ। ਜਦੋਂ ਤੁਸੀਂ ਸਿਧਾਂਤ ਦਾ ਲੜ ਛੱਡਦਾ ਦੁਨਿਆਵੀ ਪਦਾਰਥਾਂ ਨੂੰ, ਦੁਨਿਆਵੀ ਜਾਂ ਇਹ ਹੋਵੇ ਦੇਖੋ ਜੀ ਜਥੇਦਾਰੀ ਤੋਂ ਲੈ ਜਾਂਗੇ, ਜਾਂ ਸੀਨੀਅਰ ਲੋਕ ਆ ਜਿਹੜੇ ਸਾਡਾ ਮਾਣ ਸਤਿਕਾਰ ਨਹੀਂ ਕਰਨਗੇ, ਅੱਗੇ ਪਿੱਛੇ ਜਿਹੜੀਆਂ ਸਾਡੀਆਂ ਸੰਗਤਾਂ ਕਰਦੀਆਂ ਉਹ ਹਟ ਜਾਣਗੀਆਂ। ਇਹ ਵੀ ਇੱਕ ਦੁਨਿਆਵੀ ਲਾਲਚੀ ਹੈ, ਇਹ ਸਿਧਾਂਤ ਤੋਂ ਤਰਕਾਉਂਦਾ। ਜਦੋਂ ਤੁਸੀਂ ਸਿਧਾਂਤ ਤੋਂ ਤਰਕੇ ਫਿਰ ਇਹੋ ਜਿਹੇ ਲੱਖਾਂ ਪ੍ਰਕਾਸ਼ ਸਿੰਘ ਬਾਦਲ ਜਾਂ ਲੱਖਾਂ ਸੁਖਬੀਰ ਸਿੰਘ ਬਾਦਲ ਤੁਹਾਨੂੰ ਡਰਾ ਵੀ ਸਕਦੇ ਆ, ਜਲੀਲ ਵੀ ਕਰ ਸਕਦੇ ਆ, ਤੁਸੀਂ ਡਰੋਗੇ ਵੀ। ਜਦੋਂ ਤੁਸੀਂ ਸਿਧਾਂਤ ਨੂੰ ਛੱਡੋਗੇ ਨਾ ਫਿਰ ਨਹੀਂ ਕੋਈ ਕਿਸੇ ਦੀ ਪਰਵਾਹ ਕਰਦਾ। ਇਤਿਹਾਸ ਚ ਇਸ ਗੱਲ ਦੀਆਂ ਬੜੀਆਂ ਮਿਸਾਲਾਂ ਵਾ, ਠੀਕ ਹੈ। ਦੂਸਰਾ ਅੰਤਮ ਸਵਾਲ ਆ, ਇੱਕੋ ਗੱਲ ਹੀ ਮੈਂ ਸਾਂਝੀ ਕਰਨਾ ਚਾਹੁੰਦਾ ਸੰਗਤਾਂ ਨੂੰ। ਦੇਖੋ ਅਕਾਲੀ ਫੂਲਾ ਸਿੰਘ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਹੈ, ਕੀਤੀ ਜਾਂਦੀ ਹੈ, ਜਥੇਦਾਰਾਂ ਦਾ ਰੋਲ ਮਾਡਲ ਹੋਣਾ ਚਾਹੀਦਾ ਸੀ, ਠੀਕ ਹੈ। ਵੈਸੇ ਤਾਂ ਫੂਲਾ ਸਿੰਘ ਵੀ ਗੁਰਮਤ ਦੇ ਸਿਧਾਂਤ ਨੂੰ ਸਮਰਪਿਤ ਸੀ, ਗੁਰਮਤ ਦਾ ਸਿਧਾਂਤ ਉਹਨਾਂ ਦੇ ਆਦਰਸ਼ੀ, ਪਰ ਉਹਨਾਂ ਨੇ ਚੰਗੇ ਕਾਰਨਾਮੇ ਕੀਤੇ ਹੈ, ਚੰਗੀ ਪਿਰਤ ਪਾਈ ਹੈ, ਇਸ ਲਈ ਆਪਾਂ ਉਹ ਜਥੇਦਾਰਾਂ ਦਾ ਰੋਲ ਮਾਡਲ ਕਹਿ ਸਕਦੇ ਹਾਂ। ਮਹਾਰਾਜਾ ਰਣਜੀਤ ਸਿੰਘ ਨੇ ਕੁਤਾਹੀ ਕੀਤੀ ਧਾਰਮਿਕ, ਉਹਨੂੰ ਘੋੜੇ ਮਾਰੇ ਗਏ,
ਇਤਿਹਾਸ ਚ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ। ਪਰ ਚਾਹੇ ਇਹਨਾਂ ਦੇ ਫਰਜ਼ੀ ਤੌਰ ਤੇ ਸਿਰਸੇ ਸਾਹਿਬ ਨੂੰ ਵੋਟਾਂ ਮੰਗਣ ਗਏ, ਉਹਦੀ ਜਾਂਚ ਕਮੇਟੀ ਬਣਾਈ, ਕਿਵੇਂ ਜਾਂਚ ਕਮੇਟੀਆਂ ਬਣਦੀਆਂ, ਕਿਵੇਂ ਉਹਨਾਂ ਨੂੰ ਤਰਗਾਹ ਲਾਉਣ ਲਈ ਸੱਦਿਆ ਗਿਆ, ਪਰ ਇੱਕ ਪਾਸੇ ਕੂੜੇ ਮਾਰੇ ਜਾਂਦੇ ਆ, ਦੂਜੇ ਪਹਿਲਾਂ ਤਾਂ ਸਾਰੇ ਗੰਦਗੀਆਂ ਕੱਢਦੇ ਆ ਉਹਦੇ ਵਿੱਚ, ਜਿਵੇਂ ਕਿਸੇ ਨਾ ਖਾਸ ਸਰਕਾਰੀ ਸਮਾਗਮ ਤੇ ਆ। ਫਿਰ ਉਹਨਾਂ ਦੀ ਆਪ ਨੀ ਦੇਖਿਆ, ਮੀਡੀਆ ਛਪਿਆ, ਉੱਥੇ ਮੁਲਾਜ਼ਮਾਂ ਨਾਲ ਰਾਬਤਾ ਹੋਇਆ, ਉਹਨਾਂ ਨੇ ਦੱਸਿਆ ਉਹਨਾਂ ਨੂੰ ਕਿਵੇਂ ਮਿਡਲ ਵਾਰਡ ਉਹਨਾਂ ਦੀ ਟਹਿਲ ਸੇਵਾ ਕੀਤੀ ਜਾਂਦੀ ਹੈ। ਦੇਖੋ ਇੱਕ ਮੁਲਜ਼ਮ ਦੀ ਇਹ ਹੈਸੀਅਤ ਹੋ ਗਈ ਅਕਾਲੀ ਬੁੱਲਾ ਸਿੰਘ ਤੋਂ ਲੈ ਕੇ ਗੁਰਬਚਨ ਸਿੰਘ ਤੱਕ, ਸਿਧਾਂਤ ਦੀ ਤੁਹੀਨ ਹੋ ਗਈ। ਫਿਰ ਇਹੋ ਜਿਹੇ ਵਰਤਾਰੇ ਤਾਂ ਹੋਣੇ ਸੁਭਾਵਿਕ ਆ। ਜੇ ਰੋਲ ਮਾਡਲ ਹੁੰਦੇ ਜਥੇਦਾਰ ਬੁੱਲਾ ਸਿੰਘ ਜੀ ਤਖ਼ਤ ਦੇ ਜਥੇਦਾਰਾਂ ਦਾ, ਮੈਂ ਨੀ ਕਹਿੰਦਾ ਇਹ ਹੋ ਸਕਦਾ, ਮੈਂ ਨੀ ਕਹਿੰਦਾ ਕੋਈ ਅਕਾਲੀ ਜਾ ਸਕਦਾ। ਅੱਜ ਕੌਮ ਕੀ ਜਵਾਬ ਮੰਗਦੀ ਆ ਜਥੇਦਾਰਾਂ ਤੋਂ? ਮੈਂ ਵੀ ਇੱਕ ਸਿੱਖ ਸੁਧਾਰ ਸਿੱਖ ਹੋਣ ਦੇ ਨਾਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦਾ ਵੀ ਜਿਸ ਰਾਜਨੀਤਿਕ ਪਾਰਟੀ ਦੇ ਛੋਟੇ ਛੋਟੇ ਆਗੂ ਸਿੱਧੇ ਜਾਂ ਸਿੱਧੇ ਇਸ਼ਾਰੇ ਦੇ ਨਾਲ ਵੋਟਾਂ ਮੰਗਣ ਜਾਂਦੇ ਆ, ਉਹਨਾਂ ਨੂੰ ਤਲਬ ਕਰਦੇ ਹੋ, ਬੇਸ਼ੱਕ ਤੁਸੀਂ ਖਾਸ ਰਾਇਤ ਦੇ ਕੇ ਉਹਨਾਂ ਦਾ ਆਉਣ ਵਾਲਾ ਪੋਲੀਟੀਕਲ ਜੀਵਨ ਸਿਕਿਓਰ ਕਰਦੇ ਹੋ, ਮੈਂ ਤਾਂ ਇਹੀ ਕਹੂੰਗਾ। ਪਰ ਉਸ ਪਾਰਟੀ ਦੇ ਪ੍ਰਧਾਨ, ਉਸ ਪਰਿਵਾਰ ਨੂੰ ਤੁਸੀਂ ਤਲਬ ਕਰੋ ਜਿਹਦੇ ਮੁੱਖ ਫਰਜ਼ ਬਣਦਾ ਸੀ, ਜਿਹੜਾ ਪੰਥ ਗ੍ਰੋਹ ਗੀਤਾਂ ਦਾ ਇੱਕ ਤਰ੍ਹਾਂ ਦਾ ਰਾਖਾ ਵਾ, ਉਹ ਉਹਨੇ ਪਹਿਲਾਂ ਕਿਉਂ ਨਾ ਕਿਹਾ ਵੀ ਤੁਸੀਂ ਭਾਈ ਕਿਉਂ ਵੋਟਾਂ ਮੰਗਣ ਗਏ? ਉਹ ਕਿਉਂ ਨੀ ਕਹਿੰਦਾ ਆਉਣ ਵਾਲੇ 6 ਸਾਲਾਂ ਲਈ ਕੋਈ ਪਾਰਟੀ ਦੀ ਟਿਕਟ ਨਹੀਂ ਦਿੱਤੀ ਜਾਊਗੀ? ਜਿਹੜਾ ਗਿਆ ਇਸ ਕਰਕੇ ਹੁਕਮਨਾਮਾ ਜੇ ਲਾਗੂ ਕਰਨਾ ਹੈ ਤਾਂ ਉਹਨਾਂ ਦੇ ਕਰੋ ਵੀ ਉਹ ਪਾਰਟੀ ਦੇ ਪ੍ਰਧਾਨ ਨਹੀਂ ਰਹਿਣਗੇ, ਉਹਨਾਂ ਦੇ ਕਾਰਜਕਾਲ ਚ ਜੇ ਕੋਈ ਦੁਨਿਆਵੀ ਤੌਰ ਤੇ ਥਾਣੇਦਾਰ ਉਹਦੇ ਇਲਾਕੇ ਦੇ ਵਿੱਚ ਕੋਈ ਗੁਨਾਹ ਹੋ ਜਾਂਦਾ ਉਹਨੂੰ ਜ਼ਿੰਮੇਵਾਰ ਬਣਾ ਕੇ ਸਸਪੈਂਡ ਕੀਤਾ ਜਾਂਦਾ, ਉਹਦੇ ਤੋਂ ਪਾਸੇ ਕਰ ਦਿੰਦਾ, ਲੈਣ ਹਾਜ਼ਰ ਕਰ ਦਿੰਦਾ। ਅੱਜ ਲੈਣ ਹਾਜ਼ਰ ਕਰ ਦੇਵੇ ਜਥੇਦਾਰ ਅਕਾਲ ਤਖ਼ਤ ਸੁਖਬੀਰ ਸਿੰਘ ਬਾਦਲ ਨੂੰ ਵੀ ਉਹਦੇ ਜਿਹੜੇ ਸਿਫਾ ਸਲਾਹ ਆ ਨੇ ਉਹਦੀ ਮਰਜ਼ੀ ਤੋਂ ਬਿਨਾਂ ਜਾਂ ਮਰਜ਼ੀ ਦੇ ਨਾਲ ਇਹੋ ਜਿਹਾ ਘਿਨਾਉਣਾ ਕੰਮ ਕੀਤਾ ਤਾਂ ਇਸ ਕਰਕੇ ਗੁਨਾਹਗਾਰ। ਜੇ ਉਹੋ ਜਿਹੀ ਤਾਕਤ ਅੱਜ ਗੁਰਬਚਨ ਸਿੰਘ ਜੀ ਵਰਤ ਲੈਂਦੇ ਆ, ਪਿੱਛੇ ਜਾਣਗੇ ਕੁਛ ਮਰਜ਼ੀ ਹੋਣਾ, ਉਹ ਸਿਧਾਂਤ ਤੇ ਪਹਿਰਾ ਦੇਣ ਵਾਲੇ ਜਥੇਦਾਰ ਦੂਜੇ ਵੀ ਧਿਆਨ ਦੇਣਗੇ। ਸੋ ਸਤਿਕਾਰਯੋਗ ਦਰਸ਼ਕੋ, ਅੱਜ ਤੇ ਜਿਹੜਾ ਸੀ ਮੁੱਦਾ ਸੀ ਸਾਡਾ ਕੌਮ ਦੇ ਸਾਹਮਣੇ ਦਰਪੇਸ਼, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਦੂਸਰੇ ਜਥੇਦਾਰ ਸਾਹਿਬਾਨ ਦਾ ਜਿਹੜਾ ਸਤਿਕਾਰ ਆ ਉਹ ਮਿੱਟੀ ਵਿੱਚ ਰੋਲ ਲਿਆ, ਸਿੱਖੀ ਸਿਧਾਂਤ ਨੇ ਜਿਹੜੇ ਜਿਸ ਤਰ੍ਹਾਂ ਉਹਨਾਂ ਨੂੰ ਰੋਲਿਆ ਜਾ ਰਿਹਾ, ਤੇ ਉਹਦੇ ਲਈ ਮੁੱਖ ਰੂਪ ਦੇ ਵਿੱਚ ਸਮੁੱਚਾ ਪੰਥ ਆ ਜਿਹੜਾ ਉਹ ਇੱਕ ਫੈਸਲਾ ਕਰ ਚੁੱਕਾ ਕਿ ਇਸ ਸਾਰੇ ਵਰਤਾਰੇ ਲਈ ਸਿਰਫ ਤੇ ਸਿਰਫ ਬਾਦਲ ਪਰਿਵਾਰ ਜ਼ਿੰਮੇਵਾਰ ਆ। ਤੇ ਜਿਵੇਂ ਇਹਨਾਂ ਦੋਨਾਂ ਸੱਜਣਾਂ ਨੇ ਕੌਮ ਨੂੰ ਇੱਕ ਅਪੀਲ ਕੀਤੀ ਆ ਕਿ ਆਓ ਅੱਜ ਸਮਾਂ ਕਿ ਅਸੀਂ ਉਸ ਸਿੱਖੀ ਸਿਧਾਂਤਾਂ ਦੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਲਈ ਕਿ ਸ੍ਰੀ ਨਿਸ਼ਾਨ ਸਾਹਿਬ ਦੇ ਥੱਲੇ ਇੱਕਜੁੱਟ ਇੱਕ ਮਤ ਇੱਕ ਸੁਰ ਹੋ ਕੇ ਸਿੱਖ ਸਿਧਾਂਤਾਂ ਦੀ ਜੈ ਜੈਕਾਰ ਕਰਨ ਲਈ ਅਤੇ ਇਸ ਜੁਬਲੀ ਨੂੰ ਜਿਹੜੀ ਸਿੱਖ ਪੰਥ ਨੂੰ ਸਿੱਖੀ ਦੀ ਹੋਂਦ ਨੂੰ ਖੋਰਾ ਲਾ ਰਹੀ ਆ, ਪਹਾੜੇ ਦੇ ਨਾਲ ਵੱਢ ਰਹੀ ਆ, ਇਹਨਾਂ ਨੂੰ ਮਾਈਨਸ ਕਰਨ ਦੇ ਲਈ ਸਿੱਖ ਸਿਆਸਤ ਵਿੱਚੋਂ ਅੱਗੇ ਆਈਏ। ਸੋ ਟੈਂਕ ਸਾਹਿਬ ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਚੱਕ ਸਾਹਿਬ ਤੁਹਾਡਾ ਵੀ, ਤੁਸੀਂ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।